सतनाम श्री वाहे गुरु साहिब जी। दोहरा अब हकीकत मैं कहो सुनो संत लाए प्रीत। भाई साहब रतन सिंह जी कहते हूं मैं सच्ची हकीकत जो खालसे पंथ विच महान महापुरुष भाई मनी सिंह जी होए उन्हां दी तुहानू सुनावांगा। खालसा जी प्रेम नाल श्रद्धा नाल भावना नाल सुनो। मनी सिंह जी रख सिखी महा शहीदी लीता। मैं ओ कहानी सुनावांगा ओ कथा सुनावांगा जिवें भाई मनी सिंह साहब जी ने सिदक भरोसा सिखी दा निभांदिया होया शहीदी दा जाम पीता है। मनी सिंह थो संत सुजान। भाई साहब भाई मनी सिंह जी महापुरुष ब्रह्म ज्ञानी बिरती दे मालक संत पुरुष सन। सारा जीवन ही गुरु नूं समर्पण कर दिता जिन्हां दे प्यो दादे पड़दादे भी गुरु नूं समर्पण सन। भाई बल्लू जिहड़ा इहदा दादा सी उहने देखो किड्डा वड्डा जंग करके करतारपुर शहीदी पाई सी और मुर्तजा खां नूं मारिया सी। पिता जी भी बड़े गुरमुख सन। भाई मनी सिंह दी इक भूआ सी जिहड़ी शाहजहान दे दरबार विच जा के उहने वकीलां दी तरह बहस कीती सी। कहिंदे बड़ी तगड़ी उह दलेर औरत सीगी उन्हें बादशाह शाहजहां की कचहरी जाके तड़थली मचा दी। भाई मनी सिंह की भूआ सी माई दास की भैन इदां दे ये दलेर लोग सन। जती सती ओ त्यानी मान। भाई मनी सिंह जी जती सती त्यागी महापुरुष करनी वाले पूरे गुरसिख सन। हटी तपी ओ मत को पूरा। हटी तपी सन मत को पूरे भाव गुरमत विच पक्के सन। सहन सीलो दिल को सूर। सहनशीलता दी भी ओ पुंज सन ते दिल दे सूर वीर सन। भाव मौत नूं कुछ नहीं सी समझदे दे तो विदेही सन। भाई मनी सिंह जी करमी तरमी भगत ज्ञानी। भाई साहब मनी सिंह जी कर्म धर्म च पूरे सन भगत सन परमेश्वर दे गुरु रामदास जी दे दरबार दी सेवा बड़ी भावना नाल करिया करदे सन। और ज्ञानी ब्रह्म ज्ञानी ज्ञानी कई किस्म दे आपां कह लैने आ जिहड़ा मेरे वर्गा चार अखर बोलना जानदा उहनूं वी कहिंदे ज्ञानी। पर खालसा जी असल जो ज्ञानी दा सरूप है ਉਹ ਇਹ ਹੈ ਭੂਲ ਗਇਓ ਅਗਿਆਨ ਤੇ ਆਤਮ ਆਪਣ ਰੂਪ ਤਾਹੀ ਕੋ ਫਿਰ ਜਾਨ ਕੋ ਗਿਆਨ ਕਹਿਤ ਕਵੀ ਭੂਲ। ਅਗਿਆਨ ਕਰਕੇ ਆਤਮਾ ਨੂੰ ਆਪਣਾ ਸਰੂਪ ਭੁੱਲ ਗਿਆ ਹੈ। ਜਿਹੜਾ ਆਤਮ ਸਰੂਪ ਨੂੰ ਸਾਕਸ਼ਾਤ ਕਰਕੇ ਜਾਣ ਲਵੇ ਇਸ ਨੂੰ ਦ੍ਰਿੜ ਹੋ ਜਾਵੇ ਕਿ ਮੈਂ ਆਤਮ ਸਰੂਪ ਹਾਂ ਦੇਹ ਨਹੀਂ ਹਾਂ ਉਹ ਗਿਆਨੀ ਹੈ। ਕਹਿਣ ਨੂੰ ਤਾਂ ਸਾਰੇ ਆਪਾਂ ਗਿਆਨੀ ਬਣੇ ਫਿਰਦੇ ਹਾਂ ਮੇਰੇ ਨਾਲ ਵੀ ਗਿਆਨੀ ਲਿਖ ਦਿੰਦੇ ਹਾਂ ਪਰ ਅਸੀਂ ਗਿਆਨੀ ਨਹੀਂ ਹਾਂ। ਗਿਆਨੀ ਤਾਂ ਉਹ ਹੈ ਜਿਸਨੇ ਆਤਮਾ ਦਾ ਸਾਕਸ਼ਾਤਕਾਰ ਕੀਤਾ ਹੈ। ਆਤਮਾ ਦਾ ਸਾਕਸ਼ਾਤਕਾਰ ਹੋਏ ਤੋਂ ਬਿਨਾਂ ਕੋਈ ਗਿਆਨੀ ਨਹੀਂ ਕਹਾ ਸਕਦਾ। ਭਾਈ ਮਨੀ ਸਿੰਘ ਜੀ ਨੂੰ ਆਤਮ ਸਾਕਸ਼ਾਤ ਹੋ ਚੁੱਕਾ ਸੀ ਦੇਹ ਤੋਂ ਉੱਪਰ ਹੋ ਚੁੱਕੇ ਸਨ ਵਿਦੇ ਹੋ ਚੁੱਕੇ ਸਨ। ਸਤਿਗੁਰ ਬਚਨ ਪਰਮਤ ਠਾਨੀ। ਸਤਿਗੁਰਾਂ ਦੇ ਬਚਨਾਂ ਦੇ ਉੱਤੇ ਪੂਰਨ ਦ੍ਰਿੜ ਨਿਸ਼ਚਾ ਸ਼ਰਧਾ ਤੇ ਵਿਸ਼ਵਾਸ ਸੀ ਗੁਰਬਾਣੀ ਦੇ ਉੱਤੇ। ਤੋ ਸਤਿਗੁਰ ਸੋ ਰਹਿਤ ਹਜੂਰ। ਭਾਈ ਸਾਹਿਬ ਮਨੀ ਸਿੰਘ ਜੀ ਗੁਰੂ ਮਹਾਰਾਜ ਦੇ ਹਜੂਰੀ ਚ ਰਹੇ ਨੇ ਚਾਰ ਪਾਤਸ਼ਾਹੀਆਂ ਦੀ ਸਤਿਗੁਰੂ ਹਰਿਹਰ ਰਾਏ ਸਾਹਿਬ ਜੀ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰੂ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਜੂਰੀ ਦੀ ਨਿੱਘ ਪ੍ਰਾਪਤ ਕੀਤੀ ਹੈ। ਇਸ ਘਰ ਪਇਓ ਸੋ ਗੁਰਮਤ ਪੂਰਾ। ਗੁਰੂ ਘਰ ਵਿੱਚ ਰਹਿਣ ਕਰਕੇ ਗੁਰਮਤ ਚ ਪੂਰੇ ਸਨ। ਗੁਰਮਤ ਦੇ ਆਸ਼ੇ ਨੂੰ ਬੜੀ ਗਹਿਰਾਈ ਨਾਲ ਭਾਈ ਮਨੀ ਸਿੰਘ ਜੀ ਸਮਝਦੇ ਸਨ। ਜਿੰਨੀ ਉਹਨਾਂ ਦੀ ਕਮਾਈ ਸੀ ਬੰਦਗੀ ਸੀ ਉਨੀ ਉਹਨਾਂ ਦੀ ਆਤਮਕ ਅਵਸਥਾ ਦੀ ਡੂੰਘਾਈ ਸੀ ਗੁਰਮਤ ਦੇ ਸੰਬੰਧ ਵਿੱਚ। ਹਾਂਜੀ ਹੁਣ ਸਤਿਗੁਰ ਕਛ ਜੂਟੋ ਖਇਓ। ਕਹਿੰਦੇ ਮਾਨੋ ਸਤਿਗੁਰਾਂ ਦਾ ਸ਼ੀਤ ਪ੍ਰਸ਼ਾਦ ਛਕਣ ਕਰਕੇ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਚੁੱਕਾ ਸੀ ਜਿਵੇਂ ਹਜ਼ੂਰ ਗਰੀਬ ਨੂੰ ਅੱਜ ਪ੍ਰਸ਼ਾਦਾ ਛਕਦੇ ਸੀ ਕਲਗੀਧਰ ਜੀ ਅਤੇ ਭਾਈ ਮਨੀ ਸਿੰਘ ਜੀ ਉਹਨਾਂ ਦਾ ਥਾਲਾ ਚੁੱਕ ਕੇ ਉਹਦੇ ਵਿੱਚੋਂ ਸੀਤ ਪ੍ਰਸ਼ਾਦ ਆਪਣੇ ਮੂੰਹ 'ਚ ਪਾ ਲਿਆ ਕਰਦੇ ਸੀ। ਹੁਣ ਸਤਿਗੁਰਾਂ ਦਾ ਸੀਤ ਪ੍ਰਸ਼ਾਦ ਜਿਨ੍ਹਾਂ ਦੇ ਮੂੰਹ 'ਚ ਪਵੇਗਾ ਉਹਨਾਂ ਦਾ ਅਨੁਭਵ ਤਾਂ ਆਪੇ ਹੀ ਖੁੱਲ੍ਹ ਜਾਣਾ ਹੋਇਆ। ਸੋ ਸਾਧ ਸੰਗਤ ਜੀ ਭਾਈ ਮਨੀ ਸਿੰਘ ਦਾ ਅਨੁਭਵ ਖੁੱਲ੍ਹਾ ਹੋਇਆ ਸੀ। ਤਾਂ ਤੇ ਹਠੀਆ ਅੜਿਆ ਪਇਓ। ਇਹ ਬੜੇ ਹਠੀ ਸਨ। ਇੰਨਾ ਹੱਠ ਕੋਈ ਕਰ ਸਕਦਾ ਵੀ ਜਲਾਦ ਨੇ ਕਵੇ ਵੀ ਮੈਂ ਬਾਬੇ ਨੂੰ ਛੇਤੀ ਮੁਕਾ ਦਿਆਂ। ਗੁੱਟ 'ਤੇ ਟੋਕਾ ਮਾਰਨ ਲੱਗੇ ਅਤੇ ਕਹਿੰਦੇ ਨਹੀਂ ਉਂਗਲੀ ਤੋਂ ਸ਼ੁਰੂ ਕਰ ਪੋਟਾ ਰੱਖ ਕੇ ਉਂਗਲੀ ਕਟਵਾਉਣੀ
इना हठ करना बड़ा औखा है। कंडा नहीं सहा जांदा, कंडे दी पीड़, डॉक्टर सिरिंज लांदा ते ओ नहीं चली जांदी दर्द। ते इहदा बंद बंद ही कट्टे जा रहे ने ते बाणी पढ़ रहे ने, ऐस करके के सतगुरां दा सीत प्रसाद मूंह च पिया होया, देह तो विदे हो चुके सन। सिखन को सौ सिखी दृढ़ावै, भाई साहब मनी सिंह जी गुरसिखां नूं गुरसिखी दी मर्यादा च दृढ़ कराया करदे, पक्का कराया करदे, किसे नूं भी नहीं बख्शदे को ढिल मठ करे, ओनू रहत विच पक्का रखदे सन। ਸਿੱਖਿਓਂ ਚੁਕੈ ਤਿਸ ਤਨ ਕਾ ਲਾਵੈ, ਜੇ ਕੋਈ ਸਿੱਖੀ ਦੀ ਮਰਿਆਦਾ ਦੇ ਵਿੱਚ ਢਿੱਲ ਮੱਠ ਕਰੇ, ਕੁਰਹਿਤ ਕਰੇ, ਉਹਨੂੰ ਭਾਈ ਮਾਨੀ ਸਿੰਘ ਦੀ ਤਨਖਾਹ ਲਾਇਆ ਕਰਦੇ ਸੀ, ਉਹਨੂੰ ਦੱਸਦੇ ਸੀ ਭਾਈ ਏਦਾਂ ਦੀ ਮਰਿਆਦਾ ਨਹੀਂ ਏਦਾਂ ਦੀ ਹੈ, ਅਤੇ ਸਾਰਾ ਪੰਥ ਉਹਨਾਂ ਦੀ ਆਗਿਆ ਹੱਥ ਜੋੜ ਕੇ ਖਲੋ ਜਾਂਦਾ ਸੀ, ਕੋਈ ਵੀ ਤਨਖਾਹ ਭਾਈ ਮਾਨੀ ਸਿੰਘ ਲਾ ਦੇਣ ਉਹ ਸਾਰੇ ਸਿੰਘ ਮੰਨਿਆ ਕਰਦੇ ਸਨ। ਬੀਜ ਬੀਜੇ ਵਹਿ ਗੁਰਮਤ ਲਾਵੈ, ਭਾਈ ਮਨੀ ਸਿੰਘ ਜੀ ਗੁਰਮਤ ਦਾ ਬੀਜ ਬੀਜ ਰਹੇ ਸਨ, ਸਿੱਖੀ ਦਾ ਐਸਾ ਬੂਟਾ ਲਾ ਰਹੇ ਸਨ ਵੀ ਜਿਹਦੀ ਛਾਂ ਹਜ਼ਾਰਾਂ ਲੱਖਾਂ ਸਾਲ ਤੱਕ ਰਹਿਣੀ ਹੈ। ਚਾਰ ਬਰਨ ਕੋ ਸਿੱਖੀ ਦਰਡਾਵੈ, ਬ੍ਰਾਹਮਣ ਖੱਤਰੀ ਬੈਸ ਸ਼ੂਦਰ ਚੌਹਾਂ ਬਰਨਾਂ ਦੇ ਲੋਕਾਂ ਨੂੰ ਗੁਰਮਤ ਦਾ ਰਸਤਾ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਗੁਰਬਾਣੀ ਦੇ ਪ੍ਰੇਮੀ ਬਣੋ, ਐਸੀ ਦ੍ਰਿੜ ਕਰਕੇ ਸਿੱਖੀ ਭਾਈ ਮਨੀ ਸਿੰਘ ਜੀ ਪ੍ਰਚਾਰ ਦੇ ਸਨ। ਕਰ ਸਾਖੀ ਪੋ ਸਿੱਖਣ ਸੁਣਾਵੈ, ਭਾਈ ਸਾਹਿਬ ਮਨੀ ਸਿੰਘ ਜੀ ਗੁਰਬਾਣੀ ਦੀ ਕਥਾ ਬੜੀ ਰਸ ਭਿੰਨੀ ਕਰਿਆ ਕਰਦੇ ਸਨ, ਸਾਖੀਆਂ ਇਤਿਹਾਸ ਪ੍ਰਮਾਣ ਬਹੁਤ ਸੁਣਾਇਆ ਕਰਦੇ ਸਨ। ਭਾਈ ਮਨੀ ਸਿੰਘ ਜੀ ਨੂੰ ਇੱਕ ਵਾਰੀ ਗੁਰਸਿੱਖਾਂ ਬੇਨਤੀ ਕੀਤੀ ਸੀ, ਭਾਈ ਸਾਹਿਬ ਜੀ ਆਪ ਜੀ ਮਹਾਂਪੁਰਸ਼ ਕਿਰਪਾ ਕਰਕੇ ਦੱਸੋ ਵੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਮੇਂ ਸਿੱਖ ਹੋਏ ਨੇ ਜਾਂ ਗੁਰੂਆਂ ਦੇ ਪੁਰਾਣੇ ਸਿੱਖ ਹੋਏ ਨੇ ਉਹਨਾਂ ਦੀ ਕਰਨੀ ਕਿਹੋ ਜਿਹੀ ਸੀ, ਸਾਨੂੰ ਪੁਰਾਣੇ ਗੁਰਸਿੱਖਾਂ ਦੀ ਕਰਨੀ ਦੱਸੋਗੇ ਤਾਂ ਹੀ ਅਸੀਂ ਉੱਦਾਂ ਦੀ ਕਰਾਂਗੇ। ਸਿੱਖਾਂ ਦਾ ਪ੍ਰਸ਼ਨ ਸੁਣ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਿਰਪਾ ਦੇ ਘਰ 'ਚ ਆਏ, ਕਹਿਣ ਲੱਗੇ ਸਿੰਘੋ ਜੋ ਅਸੀਂ ਪੁਰਾਤਨ ਸਿੱਖਾਂ ਦੇ ਨਾਮ ਭਾਈ ਗੁਰਦਾਸ ਦੀ ਬਾਣੀ ਚੋਂ ਪੜ੍ਹੇ ਨੇ ਉਹਨਾਂ ਦੀ ਤੁਹਾਨੂੰ ਸਾਖੀਆਂ ਸੁਣਾਵਾਂਗੇ। ਉੱਥੇ ਵਚਨ ਆਉਂਦਾ ਹੈ ਸਿੱਖਾਂ ਦੀ ਭਗਤ ਮਾਲ ਪੋਥੀ ਦੇ ਵਿੱਚ, ਇੱਥੇ ਵੀ ਸ਼ਾਇਦ ਲਾਇਬ੍ਰੇਰੀ 'ਚ ਪੋਥੀ ਪਈ ਆ, ਉਹ ਸਿੱਖਾਂ ਦੀ ਭਗਤ ਮਾਲ ਭਾਈ ਮਨੀ ਸਿੰਘ ਦੀ ਲਿਖੀ ਹੋਈ ਹੈ। ਉਹਦੇ 'ਚ ਵਚਨ ਆਉਂਦਾ ਵੀ ਭਾਈ ਮਨੀ ਸਿੰਘ ਕਹਿਣ ਲੱਗੇ ਸਿੰਘੋ ਜਿਵੇਂ ਕੋਈ ਦਰਿਆ ਵਿੱਚੋਂ ਲੰਘਦਾ ਹੈ ਅਤੇ ਜਿਹੜੇ ਸਿਆਣੇ ਲੋਕ ਹੁੰਦੇ ਨਾ ਦਰਿਆ 'ਚੋਂ ਲੰਘਣ ਵਾਲੇ ਉੱਥੇ ਕਾਨੇ ਗੜ ਦਿੰਦੇ ਆ ਪਾਣੀ ਦੇ ਵਿੱਚ, ਉਹ ਕਾਨਿਆਂ ਤੋਂ ਪਤਾ ਲੱਗ ਜਾਂਦਾ ਵੀ ਇੱਥੇ ਪਾਣੀ ਡੂੰਘਾ ਹੈ, ਇੱਥੇ ਪਾਣੀ ਉੱਚਾ ਹੈ, ਉਹ ਬੰਦਾ ਹਿਸਾਬ ਨਾਲ ਪੈਰ ਧਰ ਕੇ ਲੰਘ ਜਾਂਦਾ ਉਹਨੂੰ ਦੇਖ ਕੇ। ਕਹਿੰਦੇ ਭਾਈ ਗੁਰਦਾਸ ਜੀ ਦਸਵੀਂ 11ਵੀਂ ਵਾਰ ਦੇ ਵਿੱਚ 40 ਵਾਰਾਂ ਨੇ ਭਾਈ ਗੁਰਦਾਸ ਦੀਆਂ 11ਵੀਂ ਵਾਰ ਜਿਹੜੀ ਹੈ ਉਹ 'ਚ ਸਿੱਖਾਂ ਦੇ ਨਾਮ ਲਿਖ ਕੇ ਮਾਨੋ ਕਾਨੇ ਗੱਡ ਗਏ। 11ਵੀਂ ਵਾਰ ਭਾਈ ਗੁਰਦਾਸ ਦੀ ਪੜ੍ਹੋ, ਉਹਦੇ ਵਿੱਚ ਉਹਨਾਂ ਸਿੱਖਾਂ ਦੇ ਨਾਮ ਨੇ ਜਿਹੜੇ ਛੇਆਂ ਪਾਤਸ਼ਾਹੀਆਂ ਦੇ ਸਮੇਂ ਹੋਏ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਦੇ 6 ਪਾਤਸ਼ਾਹੀਆਂ ਦੇ ਸਿੱਖ, ਉਹਨਾਂ ਦਾ ਨਾਮ ਆਉਂਦਾ। ਭਾਈ ਮਨੀ ਸਿੰਘ ਜੀ ਕਹਿੰਦੇ ਭਾਈ ਗੁਰਦਾਸ ਜੀ ਗਾਨੇ ਗੱਡ ਗਏ, ਅਸੀਂ ਉਹਨਾਂ ਦੇ ਪਦ ਚਿੰਨ੍ਹਾਂ ਦੇ ਤੁਹਾਨੂੰ ਬਚਨ ਸੁਣਾ ਦਿੰਦੇ। ਫਿਰ ਭਾਈ ਮਨੀ ਸਿੰਘ ਜੀ ਕਥਾ ਸੁਣਾਈ, ਉਹ ਲਿਖੀ ਗਈ ਨਾਲ, ਉਹਦਾ ਉਸ ਪੋਥੀ ਦਾ ਨਾਮ ਹੈ ਸਿੱਖਾਂ ਦੀ ਭਗਤ ਮਾਲਾ। 11ਵੀਂ ਵਾਰ ਦਾ ਟੀਕਾ ਕੀਤਾ ਭਾਈ ਗੁਰਦਾਸ, ਭਾਈ ਗੁਰਦਾਸ ਜੀ ਪਹਿਲੀ ਵਾਰ ਦਾ ਟੀਕਾ ਵੀ ਭਾਈ ਮਨੀ ਸਿੰਘ ਨੇ ਕੀਤਾ। ਪਹਿਲੀ ਵਾਰ ਦਾ ਟੀਕਾ ਜਿਹੜਾ ਕੀਤਾ ਉਹ ਪੋਥੀ ਦਾ ਨਾਮ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ, ਕਿਉਂਕਿ ਪਹਿਲੀ ਵਾਰ ਵਿੱਚ ਹੀ ਭਾਈ ਗੁਰਦਾਸ ਜੀ ਨੇ ਲਿਖਿਆ ਨਾ ਵੀ ਬਾਬਾ ਸਤਿਗੁਰੂ ਨਾਨਕ ਦੇਵ ਜੀ ਕਿੱਥੇ ਕਿੱਥੇ ਗਏ, ਕੀ ਕੀਤਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਉੱਥੇ ਹੀ ਬਚਨ ਆਉਂਦੇ ਬਾਬਾ ਫਿਰ ਮੱਕੇ ਗਿਆ ਜਾਂ ਬਾਬਾ ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਈ, ਜੋ ਜੋ ਬਚਨ ਉਹਦੇ 'ਚ ਆਏ ਹੈ ਉਹਦੀ ਕਥਾ ਵੀ ਭਾਈ ਮਨੀ ਸਿੰਘ ਨੇ ਲਿਖੀ ਆ। ਉਹਨੂੰ ਸਿੱਖਾਂ ਦੀ ਭਗਤ ਮਾਲਾ ਦੇ ਨਾਲ ਉਹਨੂੰ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਕਹਿੰਦੇ ਭਾਈ ਮਨੀ ਸਿੰਘ ਵਾਲੀ। ਇੱਦਾਂ ਭਾਈ ਮਨੀ ਸਿੰਘ ਜੀ ਨੇ ਦੋ ਦਾ ਇਹ ਪੋਥੀਆਂ ਵਾਰਤਕ 'ਚ ਲਿਖੀਆਂ, ਬਾਕੀ ਉਹਨਾਂ ਨੇ ਇੱਕ ਵਾਜ਼ਬੁਲ ਅਰਜ਼ ਨਾਮ ਦਾ ਰਹਿਤਨਾਮਾ ਵੀ ਲਿਖਿਆ। ਉਹਦੇ ਵਿੱਚ
ਜਿਹੜੇ ਗੁਰੂ ਮਹਾਰਾਜ ਦੇ ਕੋਲ ਸਿੱਖ ਰਹਿੰਦੇ ਸੀਗੇ ਉਸ ਵੇਲੇ, ਉਹਨਾਂ ਨੇ ਸਵਾਲ ਕੀਤੇ ਸੀ ਦਸਵੇਂ ਪਾਤਸ਼ਾਹ ਨੂੰ, ਤੇ ਮਹਾਰਾਜ ਨੇ ਜੋ ਜਵਾਬ ਦਿੱਤੇ ਸੀ ਉਹ ਭਾਈ ਮਨੀ ਸਿੰਘ ਨੇ ਰਹਿਤਨਾਮਾ ਲਿਖਿਆ। ਇੱਕ ਭਾਈ ਮਨੀ ਸਿੰਘ ਨੇ ਜਪਜੀ ਸਾਹਿਬ ਦਾ ਟੀਕਾ ਵੀ ਲਿਖਿਆ, ਪਰ ਬਹੁਤ ਵਧੀਆ ਕਿਸਮ ਦਾ, ਛੋਟੇ ਸੰਖੇਪ ਅੱਖਰਾਂ ਦੇ ਵਿੱਚ। ਇਸੇ ਤਰ੍ਹਾਂ ਭਾਈ ਮਨੀ ਸਿੰਘ ਤੋਂ ਕਥਾ ਸੁਣ ਕੇ ਭਗਤ ਸਿੰਘ ਨੇ ਗੁਰਬਿਲਾਸ ਲਿਖਿਆ ਛੇਵੀਂ ਪਾਤਸ਼ਾਹੀ ਦਾ, ਔਰ ਕੋਇਰ ਸਿੰਘ ਕਲਾਲ ਨੇ ਭਾਈ ਮਨੀ ਸਿੰਘ ਤੋਂ ਕਥਾ ਸੁਣ ਕੇ ਦਸਵੇਂ ਪਾਤਸ਼ਾਹ ਦਾ ਗੁਰਬਿਲਾਸ ਲਿਖਿਆ। ਉਹਨਾਂ ਦੇ ਸੇਵਕਾਂ ਨੇ ਵੀ, ਜਿਹੜੇ ਉਹਨਾਂ ਦੇ ਵਿਦਿਆਰਥੀ ਸੀ, ਉਹਨਾਂ ਨੇ ਵੀ ਬਹੁਤ ਗ੍ਰੰਥ ਲਿਖੇ। ਬਾਬਾ ਦੀਪ ਸਿੰਘ ਜੀ ਨੇ ਵੀ ਭਾਈ ਮਨੀ ਸਿੰਘ ਕੋਲੋਂ ਗੁਰਬਾਣੀ ਲਿਖਣ ਦੀ ਵਿੱਦਿਆ ਸਿੱਖ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲਿਖੀਆਂ। ਭਾਈ ਮਨੀ ਸਿੰਘ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖੀ, ਭਾਈ ਮਨੀ ਸਿੰਘ ਜੀ ਨੇ ਦਸਮ ਗ੍ਰੰਥ ਸਾਹਿਬ ਦੀ ਬੀੜ ਲਿਖੀ। ਜਿੰਨਾ ਕੰਮ ਗੁਰਮਤ ਦਾ ਭਾਈ ਮਨੀ ਸਿੰਘ ਜੀ ਕਰ ਗਏ, ਐਡਾ ਵੱਡਾ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ। ਹਾਂਜੀ, ਕੁਛ ਗੁਰ ਕਹੀ ਕੁਛ ਮਨ ਤੇ ਲਾਵੇ, ਭਾਈ ਸਾਹਿਬ ਕੁਝ ਗੁਰਬਾਣੀ ਦੇ ਅਰਥ ਕਰਦੇ, ਉਹਦੇ ਨਾਲ ਆਪਣਾ ਅਨੁਭਵ ਵੀ ਦੱਸਦੇ ਵੀ ਗੁਰਬਾਣੀ ਦਾ ਇਸ ਪੰਕਤੀ ਦੇ ਆਹ ਵੀ ਅਰਥ ਬਣਦੇ ਆ, ਏਦਾਂ ਵੀ ਬਣਦੇ ਆ, ਸਾਖੀਆਂ ਲਿਖ ਕੇ। ਕਿਉਂਕਿ ਆਮ ਬੰਦਿਆਂ ਨੂੰ, ਆਮ ਜਗਿਆਸੂਆਂ ਨੂੰ ਗੁਰਬਾਣੀ ਦੀ ਸਮਝ ਬੜੀ ਔਖੀ ਆਉਂਦੀ ਹੈ, ਉਹਦੇ ਨਾਲ ਫਿਰ ਸਾਖੀ ਲਾਉਣੀ ਪੈਂਦੀ ਹੈ। ਅੱਜ ਕੱਲ੍ਹ ਕੋਈ ਸਾਖੀ ਸੁਣਾਵੇ ਨਾ, ਤਾਂ ਕਈ ਸਾਡੇ 'ਚ ਬਹੁਤ ਤਰਕਵਾਦੀ ਕਹਿੰਦੇ ਸਾਖੀਆਂ ਹੀ ਸੁਣਾਈ ਜਾਂਦੇ ਹੋ। ਮੈਂ ਕਹਿੰਦਾ ਭਾਈ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਾਖੀਆਂ ਸੁਣਾਈਆਂ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਇਆ ਹੈ 1192 ਅੰਗ ਦੇ ਉੱਤੇ, ਸੁਣ ਸਾਖੀ ਮਨ ਜਪ ਪਿਆਰ, ਹੇ ਮੇਰੇ ਮਨਾ ਤੂੰ ਸਾਖੀਆਂ ਸੁਣ ਤੇ ਨਾਮ ਜਪ, ਅਜਾਮਲ ਉਧਰਿਆ ਕਹਿ ਏਕ ਬਾਰ, ਬਾਲਮੀਕੈ ਹੋਆ ਸਾਧ ਸੰਗ, ਧਰੂ ਕੋ ਮਿਲਿਆ ਪ੍ਰਭ ਨਿਸੰਗ। ਉਹ ਸਾਰਾ ਸ਼ਬਦ ਹੀ ਸਾਖੀਆਂ ਦਾ ਹੀ ਹੈ। ਜੇ ਉਹਦੀ ਕਥਾ ਪੂਰੀ ਕਰੀਏ ਸ਼ਬਦ ਹੀ ਮਹੀਨਾ ਲੱਗ ਜਾਂਦਾ ਖਾਲਸਾ ਜੀ ਉਹ ਕਥਾ ਉੱਤੇ ਹੀ। ਤੋ ਸਾਖੀ ਜਿਹੜੀ ਹੈ, ਸਾਖੀ ਦਾ ਮਤਲਬ ਹੁੰਦਾ ਗਵਾਹੀ ਦੇਣੀ। ਜਿਵੇਂ ਇੱਕ ਵਿਟਨੈਸ ਗਵਾਹ ਗਵਾਹੀ ਦਿੰਦਾ ਹੈ, ਇੱਦਾਂ ਮਹਾਰਾਜ ਦੇ ਮਹਾਂਪੁਰਸ਼ਾਂ ਦੇ ਜੀਵਨਾਂ ਦੀਆਂ ਸਾਖੀਆਂ ਸਾਨੂੰ ਗਵਾਹੀ ਦਿੰਦੀਆਂ ਵੀ ਉਹਨਾਂ ਨੇ ਨਾਮ ਜਪਿਆ ਸੀ, ਉਹ ਤਰ ਗਏ, ਤੁਸੀਂ ਵੀ ਤਰ ਜਾਓਗੇ। ਭਾਈ ਮਨੀ ਸਿੰਘ ਜੀ ਪੁਰਾਤਨ ਸਿੱਖਾਂ ਦੀਆਂ ਸਾਖੀਆਂ ਸੁਣਾਇਆ ਕਰਦੇ ਸੀਗੇ, ਸੁਣ ਸੁਣ ਕੇ ਸਾਡੇ ਵਰਗਿਆਂ ਦਾ ਮਨ ਵੀ, ਤਿਨਾਂ ਦੇਖ ਮਨ ਚਾਓ ਉਠੰਦਾ ਹੋ ਕਦ ਪਾਈ ਗੁਣ ਤਾਸਾ। ਗੁਰਸਿੱਖਾਂ ਦੀ ਕਰਨੀ ਸੁਣ ਕੇ ਸਾਡੇ ਵਰਗਿਆਂ ਦਾ ਵੀ ਹੌਸਲਾ ਬਣਦਾ ਵੀ ਅਸੀਂ ਵੀ ਨਾਮ ਜਪ ਲਈਏ, ਅਸੀਂ ਵੀ ਪਰਮਾਤਮਾ ਨੂੰ ਪ੍ਰਾਪਤ ਕਰ ਲਈਏ। ਇੱਦਾਂ ਭਾਈ ਮਨੀ ਸਿੰਘ ਜੀ ਆਪਣੇ ਅਨੁਭਵ ਨਾਲ ਗੁਰਬਾਣੀ ਦੀ ਵਿਆਖਿਆ ਕਰਦੇ ਸੀ। ਮਾਤਾ ਪੇ ਜੋ ਤਿਸੈ ਕੋ ਦਿੱਲੀ ਤੇ ਸਮਝਾਏ, ਮਾਤਾ ਸੁੰਦਰੀ ਜੀ ਦਿੱਲੀ ਬੈਠੇ ਸਨ ਤੁਰਕਮਾਨ ਮਹੱਲੇ ਵਿੱਚ, ਉੱਥੇ ਮਾਤਾ ਜੀ ਦਾ ਗੁਰਦੁਆਰਾ ਹੈ, ਮਾਤਾ ਸੁੰਦਰੀ ਜੀ ਮਾਤਾ ਸਾਹਿਬ ਦੇਵਾਂ ਜੀ ਉੱਥੇ ਹੀ ਰਹੇ ਸਾਰੀ ਉਮਰ। ਮਾਤਾ ਜੀ ਨੂੰ ਦਸਵੇਂ ਪਾਤਸ਼ਾਹ ਇੱਥੇ ਛੱਡ ਗਏ ਸਨ, ਕੁਝ ਸਮਾਂ ਮਾਤਾ ਜੀ ਮਥੁਰਾ ਚਲੇ ਗਏ ਸੀ, ਮਥੁਰਾ ਤੋਂ ਵਾਪਸ ਫਿਰ ਦਿੱਲੀ ਆ ਗਏ। ਮਾਤਾ ਸੁੰਦਰੀ ਜੀ ਲਗਭਗ ਦਸਵੇਂ ਪਾਤਸ਼ਾਹ ਤੋਂ 40 ਸਾਲ ਬਾਅਦ ਜਿਉਂਦੇ ਰਹੇ, 40 ਸਾਲ ਪੂਰੇ, ਅਤੇ ਮਾਤਾ ਸਾਹਿਬ ਦੇਵਾਂ ਜੀ ਵੀ ਉੱਥੇ ਰਹੇ ਆ। ਮਾਤਾ ਸਾਹਿਬ ਦੇਵਾਂ ਜੀ ਜਿਹੜੇ ਸਨ ਉਹ ਭਗਤੀ 'ਚ ਰਹਿੰਦੇ ਲੀਨ, ਹਰ ਵੇਲੇ ਸਿਮਰਨ ਕਰਨਾ, ਕਿਸੇ ਨੂੰ ਕੋਈ ਬਚਨ ਨਹੀਂ ਕਰਨਾ। ਅਤੇ ਮਾਤਾ ਸੁੰਦਰੀ ਜਿਹੜੇ ਸਨ ਉਹ ਸਾਰਾ ਪ੍ਰਬੰਧ ਵੀ ਸੰਭਾਲਦੇ ਸੀ, ਭਜਨ ਬੰਦਗੀ ਵੀ ਕਰਦੇ ਸਨ। ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਦੀ ਡਿਊਟੀ ਲਾ ਕੇ ਉਹਨਾਂ ਨੂੰ ਸਮਝਾ ਕੇ ਭੇਜਿਆ, ਅੰਮ੍ਰਿਤਸਰ ਚੜ੍ਹਤੀ ਚੜ੍ਹੈ ਸਿੱਖਣ ਜਾਇ ਖੁਆਏ। ਪਹਿਲਾਂ ਕੀ ਹੁੰਦਾ ਸੀ ਵੀ ਜਿਹੜਾ ਅੰਮ੍ਰਿਤਸਰ ਦਾ ਚੜ੍ਹਾਵਾ ਸੀ ਉਹ ਪਹਿਲਾਂ ਦਿੱਲੀ ਜਾਂਦਾ ਸੀ ਮਾਤਾ ਕੋਲ, ਅਤੇ ਮਾਤਾ ਉਹ ਚੜ੍ਹਾਵਾ ਜਿੰਨਾ ਕੁ ਇੱਥੇ ਖਰਚਾ ਹੁੰਦਾ ਸੀ ਖਰਚ ਕਰਕੇ ਬਾਕੀ ਬਚਦਾ ਹੋਇਆ ਪਟਨੇ ਸਾਹਿਬ ਭੇਜਦੀ ਸੀ। ਪਟਨੇ ਸਾਹਿਬ ਬੈਂਕ ਸੀ ਖਾਲਸੇ ਦਾ, ਕਿਉਂਕਿ ਉਹ ਸਾਰੇ ਪਾਸਿਓਂ ਥੋੜ੍ਹਾ ਸਾਈਡ 'ਤੇ ਸੀਗਾ, ਉੱਥੇ ਬੈਂਕ ਇਸ ਕਰਕੇ ਬਣਾਇਆ ਜਿਹੜੇ ਪੂਰਬ ਦੇ ਸਿੱਖ ਸੀਗੇ ਕਲਕੱਤੇ ਦੇ ਔਰ ਬੰਗਾਲ ਦੇ, ਆਸਾਮ ਦੇ, ਬਿਹਾਰ ਦੇ, ਉਹ ਅਮੀਰ ਬਹੁਤ ਸਨ ਪਰ ਉਹ ਜੰਗ ਲੜਾਈ ਨਹੀਂ ਸੀ ਕਰ ਸਕਦੇ। ਉਹਨਾਂ ਦੀ ਮਹਾਰਾਜ ਨੇ ਇੰਨੀ ਡਿਊਟੀ ਲਾਈ ਸੀ ਵੀ ਤੁਸੀਂ ਇਹ ਸਾਡਾ ਜਿਹੜਾ ਆਰਥਿਕ ਤੌਰ 'ਤੇ ਸਿਸਟਮ ਹੈ ਉਹ ਹੀ ਸਾਂਭੀ ਰੱਖੋ ਅਤੇ ਇੱਥੋਂ ਮਾਇਆ ਜਿੰਨੀ ਲੋੜ ਮੰਗਾ ਲਿਆ ਕਰਾਂਗੇ। ਪਹਿਲਾਂ ਉੱਧਰੋਂ ਪਟਨੇ ਸਾਹਿਬ ਤੋਂ ਹੀ ਮਾਇਆ ਸਾਰੀ ਜ਼ਿਆਦਾ ਆਈ ਹੈ, ਕਦੀ ਮਹਾਰਾਜ ਦੇ ਹੁਕਮਨਾਮੇ ਪੜ੍ਹ ਕੇ ਦੇਖੀਏ। ਔਰ ਜਦੋਂ ਜਮ੍ਹਾਂ ਕਰਨੀ ਉਹ ਵੀ ਪਟਨੇ ਸਾਹਿਬ ਹੀ ਹੁੰਦੀ ਸੀ ਜਾ ਕੇ।
माता जी ने जदों भाई मनी सिंह नूं दरबार साहिब भेजिया अमृतसर, आए बंदोबस्त किया, ये कह दिता भी हुण अमृतसर दा चढ़ावा अमृतसर ही रखिया करो, दिल्ली भेजण दी भी लोड़ नहीं ते पटने भेजण दी भी लोड़ नहीं। माता चढ़ावा खालसे बख्शिया, माता ने सारा चढ़ावा श्री हरिमंदर साहब दी आमदन दा खर्चे दा जिम्मा ही भाई मनी सिंह नूं दे दिता। ਤੁਸੀਂ ਖਾਲਸੇ ਨੂੰ ਲੰਗਰ ਛਕਾਈ ਜਾਓ, ਜੋ ਆਮਦਨ ਹੈ ਉੱਥੇ ਹੀ ਖਰਚ ਕਰੀ ਜਾਓ, ਸਾਨੂੰ ਨਹੀਂ ਚਾਹੀਦੀ ਹੁਣ। ਅੱਗੇ ਚੜਾਵਾ ਜਿਹੜਾ ਸੀ ਨਾ ਸਾਰਾ ਜਿੰਨਾ ਵੀ ਖਜ਼ਾਨਾ ਹੁੰਦਾ ਸੀ ਮਹਾਰਾਜ ਦਸਵੇਂ ਪਾਤਸ਼ਾਹ ਦੇ ਟਾਈਮ ਤੋਂ ਵੀ ਜਿਹੜੀ ਮਾਇਆ ਜਮ੍ਹਾਂ ਕਰਨੀ ਹੁੰਦੀ ਸੀ, ਕਿਉਂਕਿ ਕਈ ਵਾਰੀ ਮਾਇਆ ਜਮ੍ਹਾਂ ਇਸ ਕਰਕੇ ਹੁੰਦੀ ਵੀ ਕੋਈ ਅੱਗੇ ਇੱਕ ਸਮਾਂ ਬਿਪਤਾ ਦਾ ਆ ਜਾਵੇ ਅਤੇ ਮਾਇਆ ਦੀ ਲੋੜ ਪਵੇ। ਇੱਥੇ ਜੰਗਾਂ 'ਚ ਤਾਂ ਜੇ ਮਾਇਆ ਤੁਰਕ ਖੋ ਸਕਦੇ ਆ, ਲੁੱਟ ਸਕਦੇ ਆ, ਕਬਜ਼ਾ ਹੋ ਸਕਦਾ, ਥੋੜ੍ਹੀ ਸਾਈਡ ਦੇ ਉੱਤੇ ਮਾਇਆ ਰੱਖੀ ਜਾਂਦੀ ਸੀ। ਉਦੋਂ ਅੱਜ ਕੱਲ੍ਹ ਬੈਂਕ ਸਿਸਟਮ ਤਾਂ ਨਹੀਂ ਸੀਗੇ, ਜਮ੍ਹਾਂ ਹੋਰ ਤਰੀਕੇ ਨਾਲ ਕਰਨੀ ਪੈਂਦੀ ਸੀ। ਸਾਰੀ ਮਾਇਆ ਜਿਹੜੀ ਸੀ ਚੜਾਵਾ ਦਰਬਾਰ ਸਾਹਿਬ ਅੰਮ੍ਰਿਤਸਰ ਦਾ, ਦਿੱਲੀ ਦਾ, ਹੋਰ ਸੰਗਤਾਂ ਦਾ, ਮਾਤਾ ਦਿੱਲੀ ਤੋਂ ਪਟਨੇ ਸਾਹਿਬ ਭੇਜਦੀ ਸੀ, ਉੱਥੇ ਰਹਿੰਦਾ ਸੀ ਪਹਿਲਾਂ। ਮਾਤਾ ਕਹਿਣੇ ਤੇ ਇਹਾਂ ਆਵੇ, ਹੁਣ ਜਦੋਂ ਮਾਤਾ ਕਹਿੰਦੀ ਸੀ ਪਟਨੇ ਤੋਂ ਇੰਨੀ ਮਾਇਆ ਮੰਗਾ ਲਓ, ਉੰਨੀ ਆ ਜਾਂਦੀ ਸੀ। ਉਦੋਂ ਵੀ ਸਿਸਟਮ ਚੈੱਕ ਵਾਲੇ ਸਨ, ਜਿਵੇਂ ਅੱਜ ਕੱਲ੍ਹ ਚੈੱਕ ਸਿਸਟਮ ਹੈ ਨਾ, ਬਈ ਇੱਥੋਂ ਚੈੱਕ ਬੁਲਾਓ, ਉੱਥੇ ਜਾ ਕੇ ਬੈਂਕ 'ਚ ਦਿਓ, ਉੱਥੋਂ ਲੈ ਲਓ। ਹੁਣ ਤਾਂ ਹੋਰ ਬੜੇ ਸਹੂਲਤਾਂ ਹੋ ਗਈਆਂ। ਪਹਿਲਾਂ ਹੁੰਡੀ ਹੁੰਦੀ ਸੀ, ਹੁੰਡੀ ਇੱਕ ਸ਼ਾਹੂਕਾਰ ਹੁੰਡੀ ਕਰ ਦਿੰਦਾ ਸੀ, ਮਾਨੋ ਦਿੱਲੀ 'ਚ ਪੈਸੇ ਕਿਸੇ ਸ਼ਾਹੂਕਾਰ ਨੂੰ ਫੜਾ ਦਿੱਤੇ, ਉਹਨੇ ਹੁੰਡੀ ਕਰਤੀ ਪਟਨੇ ਦੇ ਸ਼ਾਹੂਕਾਰ ਨੂੰ ਜਾ ਕੇ ਦੇਣੀ ਹੁੰਡੀ, ਕਾਗਜ਼ ਦੇਣਾ ਉਹਨੇ, ਪੈਸੇ ਉਹਨੇ ਦੇ ਦੇਣੇ, ਇੱਦਾਂ ਦਾ ਕੰਮ ਚੱਲਦਾ ਸੀ। ਸੋ ਉਸ ਤਰੀਕੇ ਨਾਲ ਮਾਇਆ ਜਿਹੜੀ ਸੀ ਪਟਨੇ ਦੀ ਉੱਥੇ ਜਮ੍ਹਾਂ ਰਹਿੰਦੀ ਸੀ, ਜੇ ਮਾਤਾ ਨੂੰ ਲੋੜ ਪੈਂਦੀ ਸੀ ਉੱਥੋਂ ਹੁੰਡੀ ਮੰਗਾ ਲੈਂਦੀ ਸੀ, ਜੇ ਜਮ੍ਹਾਂ ਕਰਾਉਣੇ ਹੁੰਦੇ ਸੀ ਪਟਨੇ ਜਮ੍ਹਾਂ ਕਰਾ ਦਿੰਦੀ ਸੀ। ਹੁਣ ਮਾਤਾ ਨੇ ਕਿਹਾ ਵੀ ਅੰਮ੍ਰਿਤਸਰ ਹੀ ਖਜ਼ਾਨਾ ਰੱਖੋ, ਸਿੰਘ ਬਹੁਤ ਹੋ ਗਏ ਹੈ ਅਤੇ ਹੁਣ ਪਟਨੇ ਸਾਹਿਬ ਮਾਇਆ ਭੇਜਣ ਜੋਗੀ ਹੈ ਨਹੀਂ, ਇੱਥੇ ਹੀ ਲੰਗਰ ਚਲਾਓ ਅਤੇ ਵਰਤੋ। ਸਤਿਗੁਰ ਖੁਸ਼ੀ ਥੀ ਖਾਲਸੇ ਭਈ, ਮਹਾਰਾਜ ਦੀ ਗੁਰੂ ਕਲ ਖਾਲਸੇ ਦੇ ਬਹੁਤ ਹੀ ਖੁਸ਼ੀ ਹੋਈ ਸੀ। ਦਸਵੇਂ ਪਾਤਸ਼ਾਹ ਨੇ ਬਚਨ ਕੀਤੇ ਸੀ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੁਣ ਕਰੋ ਨਿਵਾਸ, ਖਾਲਸਾ ਮੇਰੋ ਸਤਿਗੁਰ ਪੂਰਾ। ਇੱਥੋਂ ਤੱਕ ਮਹਾਰਾਜ ਨੇ ਕਹਿਤਾ ਵੀ ਖਾਲਸਾ ਮੇਰਾ ਸਤਿਗੁਰੂ ਹੈ। ਹਾਂਜੀ, ਸੋ ਮਾਤਾ ਸੁਣ ਸਿੰਘਣ ਦਈ, ਉਹ ਬਚਨ ਸੁਣ ਕੇ ਮਾਤਾ ਜੀ ਨੇ ਵਿਚਾਰ ਕੀਤੀ ਵੀ ਹੁਣ ਅਸੀਂ ਤਾਂ ਸੱਚਖੰਡ ਚਲੇ ਜਾਣਾ ਥੋੜ੍ਹੇ ਸਮੇਂ ਨੂੰ, ਕਿਉਂਕਿ ਅੱਗੇ ਸਾਹਿਬਜ਼ਾਦੇ ਤਾਂ ਸ਼ਹੀਦੀ ਹੋ ਚੁੱਕੇ ਸਨ ਚਾਰੇ। ਕਹਿੰਦੇ ਆ ਮਾਤਾ ਜੀ ਨੇ ਇੱਕ ਸੁਨਿਆਰਿਆਂ ਦਾ ਪੁੱਤਰ ਪਾਲਿਆ ਸੀਗਾ, ਉਹ ਬੜਾ ਸੁੰਦਰ ਸੀ ਅਤੇ ਉਹਦੀ ਸ਼ਕਲ ਬਾਬਾ ਅਜੀਤ ਸਿੰਘ ਨਾਲ ਰਲਦੀ ਸੀਗੀ, ਅਤੇ ਮਾਤਾ ਸੁੰਦਰੀ ਜੀ ਜਦੋਂ ਉਹਨੂੰ 4 ਕੁ ਸਾਲ ਦੇ ਨੂੰ ਗੋਦ ਲੈ ਕੇ ਪਾਲਣ ਲੱਗੇ, ਅਤੇ ਦਸਵੇਂ ਪਾਤਸ਼ਾਹ ਕਹਿਣ ਲੱਗੇ ਸੁੰਦਰੀ ਜੀ ਕਾਂ ਜਿਹੜੇ ਨੇ ਹੰਸਾਂ ਦੀ ਰੀਸ ਨਹੀਂ ਕਰ ਸਕਦੇ, ਇਹ ਤੈਨੂੰ ਦੁੱਖ ਦੇਵੇਗਾ। ਉਹੀ ਗੱਲ ਹੋਈ, ਉਹ ਬੱਚਾ ਜਿਹੜਾ ਮਾਤਾ ਜੀ ਦੇ ਕਹਿਣੇ ਤੋਂ ਬਾਹਰ ਹੋ ਗਿਆ ਸੀ, ਇਸ ਕਰਕੇ ਉਹ ਵੀ ਮਾਤਾ ਨੇ ਤਿਆਗ ਦਿੱਤਾ, ਅਤੇ ਖਾਲਸੇ ਦਾ ਨਹੀਂ ਮਾਤਾ ਦੀ ਨਿਗਾਹ ਸੀਗੀ। ਸੋ ਮਾਤਾ ਕਹਿੰਦੀ ਹੁਣ ਮੈਂ ਤਾਂ ਬੁੱਢੀ ਹੋ ਗਈ ਹਾਂ, ਸੱਚਖੰਡ ਚਲੇ ਜਾਣਾ, ਜਿੰਨੀ ਮਾਇਆ ਆਮਦਨ ਹੈ ਉਹ ਖਾਲਸਾ ਹੀ ਸਾਂਭੇ, ਹੁਣ ਇਹ ਮੇਰਾ ਪੁੱਤਰ ਖਾਲਸਾ ਹੀ ਹੈ। ਸਤਿਗੁਰੂ ਕਹਿਓ ਥੋ ਹਮ ਸਿੰਘ ਪਿਆਰੇ, ਕਿਉਂਕਿ ਮਹਾਰਾਜ ਦਸਵੇਂ ਪਾਤਸ਼ਾਹ ਦਾ ਬਚਨ ਮਾਤਾ ਨੂੰ ਯਾਦ ਸੀ ਕਿ ਸਤਿਗੁਰੂ ਕਲਗੀਧਰ ਜੀ ਕਹਿੰਦੇ ਸਾਨੂੰ ਸਿੰਘ ਹੀ ਪਿਆਰੇ, ਸਿੰਘ ਹੀ ਸਾਡੇ ਪੁੱਤਰ ਹਨ, ਪੁੱਤਰ ਪੋਤਰੇ ਇਹੀ ਹਮਾਰੇ। ਮਹਾਰਾਜ ਦਸਵੇਂ ਪਾਤਸ਼ਾਹ ਹੀ ਕਹਿੰਦੇ ਸੀ ਕਿ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਇਹੀ ਸਾਡੇ ਪੁੱਤਰ, ਇਹੀ ਸਾਡੇ ਪੋਤਰੇ, ਜਿੰਨਾ ਸਾਡਾ ਖਜ਼ਾਨਾ ਸਾਡਾ ਖਾਲਸਾ ਹੀ ਖਾਏਗਾ। ਸ੍ਰੀ ਮੁਖ ਵਾਕ ਦਾਨ ਦਿਓ ਇਨਹੀ ਕੋ ਭਲੋ, ਔਰ ਆਣ ਕੋ ਦਾਨ ਲਾਗਤ ਨਿਕੋ। ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਖਾਲਸੇ ਦੀ ਮਹਿਮਾ ਲਿਖਦੇ ਹੋਏ ਬਚਨ ਲਿਖੇ, ਸਵਈਆ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਹਜ਼ੂਰ ਕਲਗੀਧਰ ਪਾਤਸ਼ਾਹ ਦੇ ਗ੍ਰੰਥ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਇਹ 716 ਅੰਗ ਦੇ ਉੱਤੇ ਸ਼ਬਦ ਹੈ ਕਿ ਦਾਨ ਦਿਓ ਇਨਹੀ ਕੋ ਭਲੋ, ਇਹ ਖਾਲਸੇ ਨੂੰ ਦਿੱਤਾ ਦਾਨ ਹੀ ਭਲਾ ਹੈ, ਆਣ ਕੋ ਦਾਨ ਨਾ ਲਾਗਤ ਨਹੀਂ ਕੋ। ਹੋਰ ਜੇ ਕਿਸੇ ਨੂੰ ਕੱਚੇ ਪਿੱਲੇ ਨੂੰ ਸ਼ਰਾਬੀ ਕਬਾਬੀ ਨੂੰ ਉਹਨੂੰ ਆਪਾਂ ਦਾਨ ਦਿਆਂਗੇ ਉਹ ਲੱਗੇਗਾ ਨਹੀਂ, ਦਾਨ ਉਹੀ ਲੱਗੇਗਾ ਜਿਹੜਾ ਗੁਰੂ ਕੇ ਖਾਲਸੇ ਨੂੰ ਲੰਗਰ ਪ੍ਰਸ਼ਾਦਾ ਛਕਾਵਾਂਗੇ। ਪੁਜਾਰਨ ਸਿਰ ਬੜੋ ਪੁਜਾਰੀ, ਭਾਈ ਸਾਹਿਬ ਭਾਈ ਮਨੀ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਗ੍ਰੰਥੀ ਪੁਜਾਰੀਆਂ ਚੋਂ ਵੱਡੇ ਸਨ।
ਉਜਾਰਨ ਸਿਰ ਵੱਡੋ ਪੁਜਾਰੀ ਵੱਡੇ ਗ੍ਰੰਥੀ ਸਨ ਸਾਰਿਆਂ ਚੋਂ ਦਰਬਾਰ ਸਾਹਿਬ ਜੀ ਦੇ ਸਤਿਗੁਰ ਕਰ ਵੱਡ ਇਤਬਾਰੀ ਗੁਰੂ ਘਰ ਚ ਸਭ ਤੋਂ ਜ਼ਿਆਦਾ ਇਤਬਾਰ ਭਰੋਸਾ ਭਾਈ ਮਨੀ ਸਿੰਘ ਤੇ ਕੀਤਾ ਜਾਂਦਾ ਸੀ ਦਸਵੇਂ ਪਾਤਸ਼ਾਹ ਕੋਲ ਵੀ ਦੀਵਾਨ ਰਹੇ ਨੇ ਜਦੋਂ ਸਾਧ ਸੰਗਤ ਜੀ ਪੌਂਟੇ ਸਾਹਿਬ ਮਹਾਰਾਜ ਦਸਵੇਂ ਪਾਤਸ਼ਾਹ ਠਹਿਰੇ ਉਦੋਂ ਭਾਈ ਮਨੀ ਸਿੰਘ ਪੌਂਟਾ ਸਾਹਿਬ ਰਹੇ ਬਹੁਤੀ ਬਾਣੀ ਉੱਥੇ ਦਸਮ ਪਾਤਸ਼ਾਹ ਨੇ ਉਚਾਰਨ ਕੀਤੀ ਤੇ ਭਾਈ ਮਨੀ ਸਿੰਘ ਹੀ ਲਿਖਿਆ ਕਰਦੇ ਜਾਪ ਸਾਹਿਬ ਮਹਾਰਾਜ ਨੇ ਉਚਾਰਿਆ ਤਾਂ ਭਾਈ ਮਨੀ ਸਿੰਘ ਨੇ ਲਿਖਿਆ ਅਕਾਲ ਉਸਤਤ ਮਹਾਰਾਜ ਨੇ ਉਚਾਰਿਆ ਤੇ ਭਾਈ ਮਨੀ ਸਿੰਘ ਨੇ ਲਿਖਿਆ ਜਿੰਨੀ ਬਾਣੀ ਮਹਾਰਾਜ ਆਪ ਉਚਾਰਦੇ ਸੀ ਉਹ ਮਨੀ ਸਿੰਘ ਤੋਂ ਲਿਖਾਉਂਦੇ ਸੀ ਉਹਦੇ 'ਤੇ ਪੂਰਾ ਵਿਸ਼ਵਾਸ ਭਰੋਸਾ ਰੱਖਦੇ ਸੀ ਦੀਵਾਨ ਬਣਾਇਆ ਹੋਇਆ ਸੀ ਆਪਣਾ ਜਿਵੇਂ ਦਰਬਾਰਾ ਸਿੰਘ ਦੀਵਾਨ ਹੋਇਆ ਇਸੇ ਤਰ੍ਹਾਂ ਮਨੀ ਸਿੰਘ ਵੀ ਦੀਵਾਨ ਰਹੇ ਦਸਵੇਂ ਪਾਤਸ਼ਾਹ ਜਦੋਂ ਮਹਾਰਾਜ ਨੂੰ ਬਾਬਾ ਰਾਮ ਰਾਏ ਜੀ ਦੇ ਮਰਨ ਦੀ ਖਬਰ ਮਿਲੀ ਬਾਬਾ ਰਾਮ ਰਾਏ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਭਤੀਜੇ ਲੱਗਦੇ ਸਨ ਕਿਉਂਕਿ ਉਹ ਗੁਰੂ ਹਰਿਰਾਏ ਸਾਹਿਬ ਦੇ ਪੁੱਤਰ ਸਨ ਅਤੇ ਬਾਬਾ ਗੁਰਦਿੱਤਾ ਜੀ ਦੇ ਪੋਤਰੇ ਸਨ ਅਤੇ ਗੁਰੂ ਗੋਬਿੰਦ ਸਿੰਘ ਬਾਬਾ ਗੁਰਦਿੱਤਾ ਜੀ ਦੇ ਭਤੀਜੇ ਸਨ ਇਸ ਨਾਤੇ ਚਾਚੇ ਲੱਗੇ ਨਾ ਤਾਂ ਬਾਬਾ ਰਾਮ ਰਾਏ ਜੀ ਨੇ ਦਸਵੇਂ ਪਾਤਸ਼ਾਹ ਕੋਲੋਂ ਪੌਂਟੇ ਸਾਹਿਬ ਆ ਕੇ ਬੇੜੀ 'ਚ ਮੁਲਾਕਾਤ ਕੀਤੀ ਸੀ ਅਤੇ ਆਪਣੀ ਭੁੱਲ ਦੀ ਮਾਫ਼ੀ ਮੰਗ ਲਈ ਸੀ ਮਹਾਰਾਜ ਦਸਵੇਂ ਪਾਤਸ਼ਾਹ ਬੜੇ ਖੁਸ਼ ਪ੍ਰਸੰਨ ਹੋ ਕੇ ਕਿਹਾ ਸੀ ਰਾਮ ਰਾਏ ਜੀ ਤੁਸੀਂ ਤਾਂ ਬਖਸ਼ੇ ਗਏ ਪਰ ਤੁਹਾਡੀ ਸੰਗਤ ਨਹੀਂ ਬਖਸ਼ੀ ਜਾਣੀ ਕਿਉਂਕਿ ਉਹ ਰਾਮ ਰਾਏ ਈਰਖਾ ਰੱਖਦੇ ਨਦੀ ਦੇ ਕੰਢੇ 'ਤੇ ਖੜ੍ਹੇ ਖੜ੍ਹੇ ਦਸਵੇਂ ਪਾਤਸ਼ਾਹ ਦੀ ਨਿੰਦਾ ਕਰ ਰਹੇ ਸਨ ਗੱਲਾਂ ਕਰ ਰਹੇ ਸਨ ਵੀ ਇਹ ਗੁਰੂ ਛੋਟੀ ਜਿਹੀ ਉਮਰ ਦਾ ਹੈ ਸਾਡਾ ਬਾਬਾ ਰਾਮ ਰਾਏ ਵੱਡਾ ਰਾਮ ਰਾਏ ਦਸਵੇਂ ਪਾਤਸ਼ਾਹ ਦਾ ਭਤੀਜਾ ਸੀ ਪਰ ਉਮਰ 'ਚ 20 ਸਾਲ ਵੱਡਾ ਸੀਗਾ ਫਰਕ ਸੀਗਾ ਉਮਰ ਦਾ ਅਤੇ ਉਹ ਮਹਾਰਾਜ ਦੀ ਉਮਰ ਉਸ ਵੇਲੇ 17-18 ਸਾਲ ਦੀ ਸੀ ਜਦੋਂ ਪੌਂਟੇ ਸਾਹਿਬ ਮਹਾਰਾਜ ਉਹਨੂੰ ਮਿਲੇ ਰਾਮ ਰਾਏ ਨੂੰ ਤਾਂ ਰਾਮ ਰਾਏ ਦੇ ਚੇਲਿਆਂ ਨੇ ਕੁਝ ਉੱਥੇ ਨਦੀ ਦੇ ਖੜ੍ਹੇ ਖੜ੍ਹੇ ਤਰਕ ਕੀਤੀ ਸੀ ਅਤੇ ਮਹਾਰਾਜ ਦਾ ਜਾਣੀ ਜਾਣ ਬੇੜੀ 'ਚ ਬੈਠੇ ਬੈਠੇ ਰਾਮ ਰਾਏ ਨੂੰ ਕਹਿੰਦੇ ਤੇਰੀ ਸੰਗਤ ਖੋਟੀ ਹੈ ਅਤੇ ਬਾਬਾ ਰਾਮ ਰਾਏ ਨੂੰ ਥੋੜ੍ਹੇ ਦਿਨਾਂ ਬਾਅਦ ਉਹਨਾਂ ਨੇ ਮਸੰਦਾਂ ਨੇ ਜਿਉਂਦੇ ਸਾੜ ਦਿੱਤਾ ਕਿਵੇਂ ਸਾੜਿਆ ਕਿ ਬਾਬਾ ਰਾਮ ਰਾਏ ਜੀ ਆਤਮਿਕ ਸ਼ਕਤੀ ਦੇ ਨਾਲ ਆਪਣੇ ਕਿਸੇ ਸਿੱਖ ਦਾ ਡੁੱਬਦਾ ਜਹਾਜ਼ ਬੰਨੇ ਲਾਉਣ ਲਈ ਕਿਤੇ ਹੋਰ ਕਿਸੇ ਦੇਸ਼ ਵਿੱਚ ਆਪਣਾ ਸਰੀਰ ਇੱਥੇ ਛੱਡ ਕੇ ਚਲੇ ਗਏ ਇੱਕ ਸਿੱਧੀ ਹੁੰਦੀ ਹੈ ਵੀ ਸਰੀਰ ਛੱਡ ਕੇ ਆਤਮਿਕ ਤੌਰ 'ਤੇ ਦੂਰ ਚਲੇ ਜਾਣਾ ਦੂਰ ਗਮਨ ਕਰ ਲੈਣਾ ਸਰੀਰ ਲੈ ਕੇ ਵੀ ਜਾ ਸਕਦੇ ਆ ਸਰੀਰ ਛੱਡ ਕੇ ਵੀ ਜਾ ਸਕਦੇ ਬਾਬਾ ਰਾਮ ਰਾਏ ਜੀ ਦੇ 4 ਵਿਆਹ ਸਨ 4 ਸ਼ਾਦੀਆਂ ਸਨ ਬੱਚਾ ਕੋਈ ਨਹੀਂ ਸੀਗਾ ਉਹਨਾਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਵਚਨ ਹੀ ਹੋਇਆ ਸੀ ਜਦੋਂ ਉਹਨਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕਿਹਾ ਸੀ ਨਾ ਵੀ ਇਹ ਚੇਚਕ ਦੇ ਖਾਜੇ ਬਣ ਕੇ ਸੀਤਲਾ ਦੇ ਮਾਤਾ ਦੇ ਅਤੇ ਸੰਗਤ ਨੇ ਆਖਿਆ ਸੀ ਸਤਿਗੁਰੂ ਜੀ ਤੁਸੀਂ ਵੀ ਕੋਈ ਵਚਨ ਕਰੋ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਸਾਡਾ ਵੱਡਾ ਭਾਈ ਹੈ ਜੋ ਉਹਨੇ ਕਹਿਤਾ ਅਸੀਂ ਪ੍ਰਵਾਨ ਕਰਨਾ ਕਿਉਂਕਿ ਉਹਨੂੰ ਗੁਰੂ ਹਰਿਰਾਏ ਸਾਹਿਬ ਦਾ ਵਚਨ ਹੈ ਵੀ ਜੋ ਤੂੰ ਬੋਲੇਗਾ ਉਹ ਪੂਰਾ ਹੋਏਗਾ ਅਸੀਂ ਆਪਣੇ ਭਾਈ ਦਾ ਵਚਨ ਨਹੀਂ ਬਦਲਣਾ ਜੋ ਉਹਨੇ ਕਹਿਤਾ ਠੀਕ ਹੈ ਅਸੀਂ ਤਾਂ ਸਰੀਰ ਛੱਡਾਂਗੇ ਸ਼ੀਤਲਾ ਨਾਲ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਰੀਰ ਛੱਡਿਆ ਦਿੱਲੀ ਦੇ ਵਿੱਚ ਪਰ ਸੰਗਤ ਨੇ ਇਹ ਕਿਹਾ ਮਹਾਰਾਜ ਤੁਸੀਂ ਕੋਈ ਵਚਨ ਕਰੋ ਨਹੀਂ ਤਾਂ ਲੋਕ ਕਹਿਣਗੇ ਵੀ ਗੁਰੂ ਨਾਨਕ ਦੀ ਗੱਦੀ 'ਚ ਸ਼ਕਤੀ ਕੋਈ ਨਹੀਂ ਰਾਮ ਰਾਏ 'ਚ ਜ਼ਿਆਦਾ ਹੈ ਅਤੇ ਸਤਿਗੁਰਾਂ ਸੁਭਾਵਕ ਹੀ ਵਚਨ ਕੀਤਾ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ ਇੱਕ ਤਾਂ ਔਲਾਦ ਕੋਈ ਨਹੀਂ ਹੋਣੀ ਬੇਔਲਾਦੇ ਜਾਣਗੇ ਸਾਡੇ ਵੱਡੇ ਭਾਈ ਸਾਹਿਬ ਦੂਜੇ ਜਿਉਂਦੇ ਸੜਨਗੇ ਇਹ ਵਚਨ ਹੋਇਆ ਸੀ ਵੀ ਈਰਖਾ ਦੇ ਛੱਡਦੇ ਰਹਿੰਦੇ ਆ ਇਹ ਜਿਉਂਦੇ ਹੀ ਸੜਨਗੇ ਉਹੀ ਵਚਨ ਹੋਇਆ ਬਾਬਾ ਰਾਮ ਰਾਏ ਜੀ ਜਦੋਂ ਆਪਣੇ ਸੇਵਕ ਦੀ ਸਹਾਇਤਾ ਕਰਨ ਚਲੇ ਗਏ ਉਹ ਮਕਾਨ ਅਜੇ ਵੀ ਮੌਜੂਦ ਆ ਜਿਹਦੇ 'ਚ ਬਾਬਾ ਜੀ ਲੰਮੇ ਪਏ ਸੀ ਉਹਨਾਂ ਦਾ ਸਰੀਰ ਸੀਗਾ ਮੈਂ ਦਾਸ ਨੇ ਦਰਸ਼ਨ ਕੀਤੇ ਉੱਥੇ ਦੇਹਰਾਦੂਨ ਡੇਰਾ ਬਣਿਆ ਹੋਇਆ ਉਹਨਾਂ ਦਾ ਬਾਬਾ ਰਾਮ ਰਾਏ ਜੀ ਸਿੱਖ ਦੀ ਸਹਾਇਤਾ ਕਰਨ ਚਲੇ ਗਏ ਅਤੇ ਪੰਜਾਬ ਕੌਰ ਆਪਣੀ ਵੱਡੀ ਘਰ ਵਾਲੀ ਨੂੰ ਬੂਹੇ ਅੱਗੇ ਭਾ ਗਏ ਵੀ ਤੂੰ ਮੇਰੇ ਸਰੀਰ ਨੂੰ ਕਿਸੇ ਨੂੰ ਹੱਥ ਨਾ ਲਾਉਣ ਦੇਈਂ ਕਿਸੇ ਨੂੰ ਅੰਦਰ ਨਾ ਆਉਣ ਦੇਈਂ ਦਿਨ ਲੰਘ ਗਿਆ ਰਾਤ ਲੰਘ ਗਈ 24 ਘੰਟੇ ਬਾਅਦ ਮਸੰਦਾਂ ਨੇ ਰੌਲਾ ਪਾ ਲਿਆ ਬਾਬਾ ਜੀ 'ਤੇ ਚੜ੍ਹਾਈ ਕਰਕੇ ਮਾਈ ਤੂੰ ਸੰਸਕਾਰ ਕਿਉਂ ਨਹੀਂ ਕਰਨ ਦਿੰਦੀ ਉਹ ਕਹਿੰਦੀ ਬਾਬਾ ਜੀ ਚੜ੍ਹਾਈ ਨਹੀਂ ਕੀਤੀ ਬਾਬਾ ਜੀ ਵਾਪਸ ਆਉਣਗੇ ਇਹਨਾਂ ਨੇ ਧੱਕੇ ਨਾਲ ਮਾਈ ਨੂੰ ਪਰੇ ਕੀਤਾ ਅਤੇ ਅੰਦਰੋਂ ਬਾਬੇ ਦਾ ਸਰੀਰ ਕੱਢਿਆ ਲੱਕੜਾਂ ਚਿੜੀਆਂ 'ਤੇ ਅੱਗ ਲਾ ਦਿੱਤੀ ਸੰਸਕਾਰ ਕਰ ਦਿੱਤਾ ਜਦੋਂ ਅੱਗ ਲਾ ਦਿੱਤੀ ਤਾਂ ਬਾਬਾ ਰਾਮ ਰਾਏ ਜੀ ਦੀ ਆਤਮਾ ਆਕਾਸ਼ ਮੰਡਲ ਤੋਂ ਜਦੋਂ ਆਈ ਅਤੇ ਮਾਤਾ ਪੰਜਾਬ ਕੌਰ ਨੂੰ ਦਰਸ਼ਨ ਦਿੱਤੇ ਆਪਣੀ ਘਰਵਾਲੀ ਨੂੰ ਕਹਿਣ ਲੱਗੇ ਹੁਣ ਜੋ ਭਾਣਾ ਵਰਤ ਗਿਆ ਸਰੀਰ ਤਾਂ ਮੇਰਾ ਅੱਧੇ ਨਾਲੋਂ ਜ਼ਿਆਦਾ ਸੜ ਚੁੱਕਾ ਹੁਣ ਮੈਂ ਇਹਦੇ 'ਚ ਆਉਣਾ ਨਹੀਂ ਪਰ ਤੂੰ ਮੇਰਾ ਬਦਲਾ ਜ਼ਰੂਰ ਲਵੀਂ ਦਸਵੇਂ ਪਾਤਸ਼ਾਹ ਮਹਾਰਾਜ ਮੇਰੇ ਚਾਚਾ ਜੀ ਪੌਂਟੇ ਸਾਹਿਬ ਬੈਠੇ ਉਹਨਾਂ ਨੂੰ ਖਬਰ ਕਰ ਦੇਵੀਂ
ਭਾਈ ਸਾਹਿਬ ਭਾਈ ਮਨੀ ਸਿੰਘ ਤੇ ਦਸਵੇਂ ਪਾਤਸ਼ਾਹ ਕਲਗੀਧਰ ਜੀ ਕੋਲ ਇਹ ਜਦੋਂ ਗੱਲ ਆਈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜਾਬ ਕੌਰ ਨੂੰ ਆਖਿਆ ਵੀ ਤੂੰ ਇੰਝ ਕਰ ਹੁਕਮਨਾਮਾ ਜਾਰੀ ਕਰ ਦੇ ਆਪਣੇ ਡੇਰੇ ਵੱਲੋਂ ਵੀ ਅਸੀਂ ਬਾਬਾ ਰਾਮ ਰਾਏ ਜੀ ਦੇ ਭੋਗ ਤੇ ਸਾਰਿਆਂ ਮਸੰਦਾਂ ਨੂੰ ਸਰੋਪੇ ਦੇਣੇ ਆ ਤੇ ਜਿਹੜਾ ਆਵੇ ਵੱਧ ਚੜ੍ਹ ਕੇ ਆਵੇਗਾ ਉਹਨੂੰ ਸੋਨੇ ਦੇ ਕੜੇ ਪਾਵਾਂਗੇ ਤੇ ਕੈਂਠੇ ਪਾਵਾਂਗੇ ਸਾਰਿਆਂ ਪਸੰਦਾਂ ਦਾ ਸਤਿਕਾਰ ਕਰਾਂਗੇ। ਉਹ ਮਾਈ ਪੰਜਾਬ ਕੌਰ ਨੇ ਹੁਕਮਨਾਮੇ ਜਾਰੀ ਕਰ ਦਿੱਤੇ ਜਿੰਨੇ ਮਸੰਦ ਸੀਗੇ ਨਾ ਰਾਮ ਰਾਈਆਂ ਦੇ ਉਹ ਬੜੇ ਚੌੜੇ ਹੋ ਕੇ ਆਏ ਵੀ ਐਤਕੀ ਸੋਨੇ ਦੇ ਕੈਂਠੇ ਪੈਣੇ ਆ ਕੜੇ ਪੈਣੇ ਆ। ਇੱਧਰੋਂ ਉਹਨੇ ਦੱਸਿਆ ਵੀ ਦਸਵੇਂ ਪਾਤਸ਼ਾਹ ਵੀ ਆ ਰਹੇ ਐਨ ਭੋਗ ਤੋਂ ਇੱਕ ਰਾਤ ਪਹਿਲਾਂ ਮਹਾਰਾਜ ਪਹੁੰਚ ਗਏ ਦੇਹਰਾਦੂਨ ਉੱਥੋਂ 50 ਕਿਲੋਮੀਟਰ ਹੀ ਹੈ ਪੌਂਡੇ ਸਾਹਿਬ ਤੋਂ। ਉੱਥੇ ਜਾ ਕੇ ਪਾਤਸ਼ਾਹ ਨੇ ਵਿਉਂਤਬੰਦੀ ਕਰ ਦਿੱਤੀ ਸਿੰਘ ਸਿੰਘਾਂ ਦੀ ਫੌਜ ਲਾ ਦਿੱਤੀ ਅਤੇ ਅੱਜ ਵੀ ਉੱਥੇ ਉਹ ਟੈਲੀਫੋਨ ਹੈਗਾ ਜਿਹੜਾ ਉਦੋਂ ਵਰਤਿਆ ਗਿਆ। ਅੱਜ ਕੱਲ੍ਹ ਦਾ ਟੈਲੀਫੋਨ ਹੁਣ ਚੱਲਿਆ ਨਾ ਅੱਜ ਤੋਂ 300 ਸਾਲ ਪਹਿਲਾਂ ਮਹਾਰਾਜ ਨੇ ਉੱਥੇ ਵਰਤਿਆ। ਇੱਕ ਉੱਥੇ ਇੱਦਾਂ ਦੀ ਸਲੀਬ ਬਣੀ ਹੋਈ ਆ ਉਹਦੇ ਵਿੱਚ ਪੈਪ ਹੈ ਉਹ ਪੈਪ ਦੇ ਵਿੱਚ ਇੱਧਰੋਂ ਬੋਲੀਏ ਅਤੇ ਦੂਜੇ ਪਾਸੇ ਆਵਾਜ਼ ਜਾਂਦੀ ਹੈ ਅਤੇ ਉੱਥੋਂ ਸੁਣ ਕੇ ਬਾਹਰ ਉਹ ਸਿੰਘ ਬੈਠਾ ਸੀਗਾ ਉੱਥੋਂ ਮਹਾਰਾਜ ਬੋਲ ਦਿੰਦੇ ਸੀ ਸਿੰਘ ਨੂੰ ਕਹਿ ਦਿੰਦੇ ਸੀ ਵੀ ਬੋਲਦੇ ਦੋ ਬੰਦਿਆਂ ਨੂੰ ਭੇਜ ਦੇ ਫਲਾਣੇ ਫਲਾਣੇ ਮਸੰਦ ਆ ਜਾਓ ਭਾਈ ਅੰਦਰ ਸਰੋਪਾ ਲੈਣ। ਬੜੀ ਵੱਡੀ ਦੀਵਾਰ ਆ ਜੇਲ੍ਹ ਵਰਗੀ ਉਹ ਬਾਹਰ ਬੈਠੇ ਸੀ ਉਹ ਅੰਦਰ ਦੋ ਬੰਦੇ ਵੜਦੇ ਸੀ ਅੰਦਰ ਮਹਾਰਾਜ ਦੇ ਸਿੰਘ ਬੈਠੇ ਹੁੰਦੇ ਸੀ ਤੇਲ ਦਾ ਵੱਡਾ ਸਾਰਾ ਕੜਾਹਿਆ ਗਰਮ ਕੀਤਾ ਹੋਇਆ ਸੀ ਜਿਹੜਾ ਆਉਂਦੇ ਮੂੰਹ ਬੰਨ੍ਹ ਕੇ ਵਿੱਚ ਸੁੱਟ ਦਿੰਦੇ ਸੀ ਤਲ ਕੇ ਬਾਹਰ ਸੁੱਟ ਦਿੰਦੇ ਸੀ। ਇੱਦਾਂ ਮਹਾਰਾਜ ਨੇ ਰਾਮ ਰਾਈਏ ਮਸੰਦਾਂ ਨੂੰ ਸਰੋਪੇ ਦਿੱਤੇ ਸਾੜ ਕੇ ਖਤਮ ਕਰ ਦਿੱਤਾ ਅਤੇ ਜਦੋਂ ਮਸੰਦ ਸਾਰੇ ਸਾੜ ਦਿੱਤੇ ਉੱਥੇ ਦੇਹਰਾਦੂਨ ਮਹਾਰਾਜ ਦਸਵੇਂ ਪਾਤਸ਼ਾਹ ਕਲਗੀਧਰ ਜੀ ਸਭ ਮਸੰਦਾਂ ਨੂੰ ਸੋਧਾ ਲਾ ਕੇ ਜਿਹੜੇ ਚੰਗੇ ਸੀ ਉਹਨਾਂ ਨੂੰ ਬਖਸ਼ ਦਿੱਤਾ ਪਰ ਜਿਹੜੇ ਕਰਪਟ ਸੀਗੇ ਉਹਨਾਂ ਨੂੰ ਸੋਧਾ ਲਾ ਦਿੱਤਾ ਅਤੇ ਉਸ ਤੋਂ ਬਾਅਦ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਵਾਪਸ ਆ ਗਏ। ਅਗਲੇ ਸਾਲ ਬਰਸੀ ਆਈ ਰਾਮ ਰਾਏ ਦੀ ਸਲਾਨਾ ਜਦੋਂ ਸਲਾਨਾ ਬਰਸੀ ਆਈ ਤਾਂ ਮਹਾਰਾਜ ਦਸਵੇਂ ਪਾਤਸ਼ਾਹ ਆਪ ਨਹੀਂ ਜਾ ਸਕੇ ਰਾਮ ਰਾਏ ਦੀ ਬਰਸੀ 'ਤੇ ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਨੂੰ ਭੇਜ ਦਿੱਤਾ। ਭਾਈ ਮਨੀ ਸਿੰਘ ਜੀ ਉੱਥੇ ਗਏ ਕਿਉਂਕਿ ਉਹ ਪਰਿਵਾਰ ਜੋ ਇੱਕੋ ਸੀ ਗੁਰੂ ਦਾ ਸੀਗਾ ਅਤੇ ਰਾਮ ਰਾਏ ਦੀ ਬਰਸੀ 'ਤੇ ਕੀਰਤਨ ਹੋਇਆ ਕਥਾ ਹੋਈ ਉਹਦੇ ਤੋਂ ਬਾਅਦ ਕੀ ਹੋਇਆ ਵੀ ਇੱਕ ਰਾਮ ਰਾਈਆ ਮਸੰਦ ਉੱਠਿਆ ਅਤੇ ਉਹ ਦਸਵੇਂ ਪਾਤਸ਼ਾਹ ਦੇ ਖਿਲਾਫ ਬੋਲਣ ਲੱਗ ਪਿਆ। ਉਹਨੇ ਮਹਾਰਾਜ ਦੇ ਖਿਲਾਫ ਕਲਗੀਧਰ ਦੀ ਸ਼ਾਨ ਦੇ ਖਿਲਾਫ ਬੜੇ ਕੋਝੇ ਜਿਹੇ ਭੈੜੇ ਜਿਹੇ ਸ਼ਬਦ ਜਦੋਂ ਬੋਲੇ ਨਾ ਭਾਈ ਮਨੀ ਸਿੰਘ ਬੈਂਚ 'ਤੇ ਬੈਠੇ ਬੈਠੇ ਉਹਨੂੰ ਚੁੱਕ ਲਿਆ ਉਹਨੂੰ ਇੱਦਾਂ ਚੁੱਕ ਕੇ ਉੱਪਰ ਅਤੇ ਉਹਦੀ ਰੀੜ੍ਹ ਦੀ ਹੱਡੀ 'ਚ ਗੋਡਾ ਮਾਰਿਆ ਉਹਦੀ ਰੀੜ੍ਹ ਦੀ ਹੱਡੀ ਤੋੜ ਕੇ ਅਤੇ ਉਹਨੂੰ ਸੁੱਟ ਦਿੱਤਾ ਕਹਿੰਦੇ ਜਾ ਹੁਣ ਤੂੰ ਖਤਮ ਹੀ ਕਰ ਦਿੱਤਾ। ਇੰਨੇ ਬਲੀ ਵੀ ਸਨ ਭਾਈ ਮਨੀ ਸਿੰਘ। ਸੋ ਕਹਿੰਦੇ ਗੁਰੂ ਨਾਲ ਬਹੁਤ ਪਿਆਰ ਸੀ। ਇੱਥੇ ਲਿਖਿਆ ਪੁਜਾਰਨ ਸਿਰ ਵੱਡੋ ਵਿਚਾਰੀ ਹੋਰ ਸਤਿਗੁਰ ਘਰ ਵੱਡ ਇਤਬਾਰੀ। ਗੁਰੂ ਘਰ ਨਾਲ ਬਹੁਤ ਪ੍ਰੇਮ ਸੀਗਾ। ਦੇਖੋ ਨਾ ਜੇ ਗੁਰੂ ਦੀ ਨਿੰਦਾ ਸੁਣੀ ਤਾਂ ਉੱਥੇ ਹੀ ਉਹਨੂੰ ਝਟਕਾਤਾ ਖਤਮ ਹੀ ਕਰਤਾ ਗੋਡਾ ਮਾਰ ਕੇ ਉਹਦੀ ਰੀੜ੍ਹ ਦੀ ਹੱਡੀ ਭੰਨ ਦਿੱਤੀ ਮਾਰ ਹੀ ਦਿੱਤਾ ਉਸ ਤੋਂ ਦੁਸ਼ਟ ਨੂੰ ਮਸੰਦ ਨੂੰ ਅਕਾਲ ਪੂੰਗੇ ਕੇ ਤਖਸੋ ਬੈਠੇ। ਇਸ ਤਰ੍ਹਾਂ ਦੇ ਭਾਈ ਮਨੀ ਸਿੰਘ ਸਹੀ ਸ੍ਰੀ ਅਕਾਲ ਤਖਤ ਸਾਹਿਬ ਹੁਣ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ ਅਤੇ ਮਾਤਾ ਸੁੰਦਰੀ ਜੀ ਨੇ ਹਰਿਮੰਦਰ ਸਾਹਿਬ ਦੀ ਜ਼ਿੰਮੇਵਾਰੀ ਅੰਮ੍ਰਿਤਸਰ ਦੀ ਦਿੱਤੀ ਉਹਨਾਂ ਨੂੰ ਉਹ ਅਕਾਲ ਪੂੰਗੇ ਬੈਠ ਕੇ ਉੱਥੇ ਸਿੱਖੀ ਦਾ ਪ੍ਰਚਾਰ ਕਰਿਆ ਕਰਦੇ ਸੀ। ਖਤਾਦਾਰ ਕੇ ਕੰਨ ਸੋ ਐਠੇ। ਜੇ ਕੋਈ ਗਲਤੀ ਕਰਦਾ ਸੀ ਖਤਾ ਕਰਦਾ ਤੇ ਕੰਨ ਖਿੱਚ ਦਿੰਦੇ ਸੀ ਚੰਗੇ ਪੰਜਾਂ ਪਿਆਰਿਆਂ ਵਿੱਚ ਉਹਨਾਂ ਦੀ ਰਾਏ ਲਈ ਜਾਂਦੀ ਸੀ। ਅਕਾਲ ਤਖ਼ਤ ਦੇ ਜਥੇਦਾਰ ਬਾਬਾ ਦਰਬਾਰਾ ਸਿੰਘ ਨਵਾਬ ਕਪੂਰ ਸਿੰਘ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਇਹ ਸਾਰੇ ਸਿਆਣੇ ਸਿੰਘ ਮੁਖੀ ਜੋ ਕਹਿੰਦੇ ਸੀ ਪੰਥ ਮੰਨਦਾ ਸੀ। ਤੋਹਰਾ ਮਨੀ ਸਿੰਘ ਕਿਛ ਦਿਲ ਆਈ ਬੀੜ ਗੰਤ ਤਈ ਹਲਾਏ। ਭਾਈ ਮਨੀ ਸਿੰਘ ਦੇ ਮਨ 'ਚ ਇੱਕ ਫੁਰਨਾ ਆਇਆ ਉਹ ਫੁਰਨਾ ਤਾਂ ਭਲੇ ਵਾਸਤੇ ਆਇਆ ਪਰ ਕਈ ਵਾਰੀ ਨਾ ਭਲੇ ਦੀ ਗੱਲ ਵੀ ਪੁੱਠੀ ਪੈ ਜਾ ਕਰਦੀ ਹੈ ਕੁਦਰਤ ਹੁੰਦੀ ਕਰਾਉਂਦੀ ਹੈ ਪਰਮੇਸ਼ਰ ਦੀ। ਭਾਈ ਮਨੀ ਸਿੰਘ ਦੇ ਮਨ 'ਚ ਇਹ ਫੁਰਨਾ ਆਇਆ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀਆਂ ਜਿਹੜੀਆਂ ਨੇ ਉਹ ਸੌਖੇ ਤਰੀਕੇ ਨਾਲ ਲੋਕਾਂ ਨੂੰ ਪੜ੍ਹਨ ਵਾਸਤੇ ਪੋਥੀਆਂ ਬਣਾ ਦਈਏ। ਭਾਈ ਮਨੀ ਸਿੰਘ ਨੇ ਪੋਥੀਆਂ ਬਣਾ ਤੀਆਂ ਕਿਹੜੀਆਂ 5 ਗ੍ਰੰਥੀ ਜਿਹਦੇ 'ਚ ਜਪਜੀ ਸਾਹਿਬ ਸ਼ਬਦ ਹਜ਼ਾਰੇ ਰਹਿ ਰਾਸ ਕੀਰਤਨ ਸੋਹਲਾ ਆਨੰਦ ਸਾਹਿਬ ਦੱਖਣੀ ਓਂਕਾਰ ਸਿਹਤ ਗੋਸ਼ਟ 52 ਅੱਖਰੀ ਸੁਖਮਨੀ ਸਾਹਿਬ ਦੇ ਆਸਾ ਦੀ ਵਾਰ ਇਹ ਬਾਣੀ ਆ ਇਹਨੂੰ 5 ਗ੍ਰੰਥੀ ਕਹਿੰਦੇ ਅਤੇ ਇੱਕ ਉਹਨਾਂ ਨੇ ਫਿਰ 22 ਵਾਰਾਂ ਦੀ ਪੋਥੀ ਬਣਾ ਤੀ ਜਿਹੜੀਆਂ ਗੁਰੂ ਗ੍ਰੰਥ ਸਾਹਿਬ 'ਚ ਸ੍ਰੀ ਰਾਗ ਤੋਂ ਲੈ ਕੇ ਕਾਨੜੇ ਦੀ ਵਾਰ ਤੱਕ ਵਾਰਾਂ ਨੇ 22
ਉਹ ਸਾਰੀਆਂ ਦੀ ਪੋਥੀ ਇਕੱਠੀ ਕਰਤੀ ਵੀ ਜੇ ਪਾਠੀ ਬੱਚੇ ਵਿਦਿਆਰਥੀ ਪੜ੍ਹਨਗੇ ਪਹਿਲਾਂ ਇੱਕ ਤਰ੍ਹਾਂ ਦੀ ਬਾਣੀ ਪੜ੍ਹਨਗੇ ਉਹਦਾ ਮੁਹਾਵਰਾ ਚੱਲ ਜਾਏਗਾ, ਫਿਰ ਦੂਜੀ ਤਰ੍ਹਾਂ ਦੀ, ਤੀਸਰੀ ਉਹਨਾਂ ਨੇ ਭਗਤਾਂ ਦੀ ਬਾਣੀ ਬਣਾ ਦਿੱਤੀ। ਭਗਤਾਂ ਦੀ ਬਾਣੀ ਪੰਜ ਗ੍ਰੰਥੀ 22-12 ਇਹ ਪੋਥੀਆਂ ਹੁਣ ਆਪਾਂ ਬਾਜ਼ਾਰ 'ਚੋਂ ਮਿਲਦੀਆਂ, ਸਿੱਖ ਪੜ੍ਹਦੇ ਆ, ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾਂਦੀਆਂ ਟਕਸਾਲਾਂ 'ਚ। ਇਹ ਭਾਈ ਮਨੀ ਸਿੰਘ ਨੇ ਪਰਉਪਕਾਰ ਲਈ ਕੀਤਾ। ਉਹਨਾਂ ਨੇ ਫਿਰ ਇੱਕ ਬੀੜ ਐਸੀ ਤਿਆਰ ਕੀਤੀ ਜਿਹਦੇ 'ਚ ਆਦਿ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਸਾਹਿਬ ਦੋਵੇਂ ਇਕੱਠੇ ਕਰ ਦਿੱਤੇ। ਉਹ ਹੁਣ ਦਿੱਲੀ, ਉਹ ਬੀੜ ਮਹਾਰਾਜਾ ਸਰਦਾਰ ਗੁਲਾਬ ਸਿੰਘ ਜੀ ਸੇਠੀ ਹੋਏ ਆ, ਉਹਨਾਂ ਦੇ ਪਰਿਵਾਰ ਕੋਲ ਹੈ ਹਨੂੰਮਾਨ ਰੋਡ ਦਿੱਲੀ ਦੇ, ਉੱਥੇ ਖਾਲਸਾ ਜੀ ਉਹ ਬੀੜ ਮੌਜੂਦ ਹੈ। ਅੱਜ ਕੱਲ੍ਹ ਕਈ ਕਿੰਤੂ ਪਰੰਤੂ ਵਾਲੇ ਦਸਮ 'ਤੇ ਕਿੰਤੂ ਕਰਦੇ, ਉਹ ਜਾ ਕੇ ਦੇਖ ਲਓ, ਭਾਈ ਮਨੀ ਸਿੰਘ ਦੇ ਹੱਥ ਦੀ ਲਿਖੀ ਹੋਈ ਬੀੜ ਹੈ ਉਹ। ਸੋ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੋਥੀਆਂ ਜਦੋਂ ਬਣਾਈਆਂ ਅਤੇ ਪੰਥ ਖਾਲਸੇ ਦੇ ਜਿਹੜੇ ਪ੍ਰੇਮੀ ਸਿੰਘ ਜਜ਼ਬਾਤੀ ਸੀਗੇ ਨਾ, ਉਹਨਾਂ ਨੇ ਆਖਿਆ ਇਹ ਠੀਕ ਨਹੀਂ ਕੀਤਾ। ਭਾਈ ਮਨੀ ਸਿੰਘ ਜੀ, ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਅੰਗ ਘੱਟ ਦਿੱਤੇ ਆ, ਪੋਥੀਆਂ ਵੱਖਰੀਆਂ ਵੱਖਰੀਆਂ ਕਰਤੀਆਂ, ਇਹ ਤੁਸੀਂ ਠੀਕ ਨਹੀਂ ਕੀਤਾ। ਤਬ ਸਿੱਖ ਸੰਗਤ ਬਚ ਗਏ ਹੋ ਹੋਰ ਬੰਦਵਤ ਤੁਜੈ ਤੁੜਾਏ। ਸਿੰਘ ਕਹਿਣ ਲੱਗੇ, ਪ੍ਰੇਮੀ ਸਿੰਘ ਬਾਣੀ ਦੇ, ਉਹ ਕਹਿੰਦੇ ਭਾਈ ਮਨੀ ਸਿੰਘ ਜੀ ਤੁਹਾਡੇ ਬੰਦ ਕੱਟੇ ਜਾਣਗੇ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੋੜ ਦਿੱਤੀ ਹੈ ਪੋਥੀਆਂ ਬਣਾਤੀਆਂ ਵਿੱਚੋਂ। ਇੱਕ ਉਹਨਾਂ ਨੇ ਨਿਯਮ ਇਹ ਉਸ ਬੀੜ ਦਾ ਕਰ ਦਿੱਤਾ ਵੀ ਸਾਰੇ ਰਾਗਾਂ 'ਚੋਂ ਬਾਣੀ ਕੱਢ ਕੇ ਨਾ ਗੁਰੂ ਨਾਨਕ ਸਾਹਿਬ ਦੀ ਪਹਿਲਾਂ ਲਿਖ ਦਿੱਤੀ, ਫਿਰ ਦੂਸਰੇ ਗੁਰੂਆਂ ਦੀ ਵਾਰੀ ਵਾਰੀ ਲਿਖ ਦਿੱਤੀ। ਯਾਨੀ ਜਿਵੇਂ ਰਾਗਾਂ 'ਚ ਬਾਣੀ ਆਉਂਦੀ ਇੱਦਾਂ ਨਹੀਂ ਰਹਿਣ ਦਿੱਤੀ, ਉਹਨਾਂ ਗੁਰੂ ਦੇ ਅਨੁਸਾਰ ਕਰਮ ਕਰ ਦਿੱਤਾ, ਰਾਗ ਦੇ ਅਨੁਸਾਰ ਕਰਮ ਨਹੀਂ ਕੀਤਾ। ਇਹ ਜਦੋਂ ਬਚਨ ਭਾਈ ਮਨੀ ਸਿੰਘ ਨੇ ਕੀਤਾ, ਇਹ ਤਾਂ ਕੀਤਾ ਸੀ ਭਰੇ ਵਾਸਤੇ ਵੀ ਸੰਗ ਜਿਹੜੇ ਆ ਉਹ ਸੰਚੀਆਂ ਤੋਂ ਪੋਥੀਆਂ ਤੋਂ ਪਾਠ ਸਿੱਖ ਲਿਆ ਕਰਨਗੇ, ਪਰ ਸਿੰਘ ਪੰਥ ਖਾਲਸਾ ਜਿਹੜਾ ਹੈ ਉਹ ਕਈ ਵਾਰੀ ਬਹੁਤ ਜਜ਼ਬਾਤੀ ਹੋ ਜਾਂਦਾ। ਸਿੰਘਾਂ ਨੇ ਸਰਾਪ ਹੀ ਦੇ ਦਿੱਤਾ, ਕਹਿਣ ਲੱਗੇ ਤੇਰੇ ਬੰਦ ਕੱਟੇ ਜਾਣ ਮਨੀ ਸਿੰਘ, ਤੂੰ ਗੁਰਬਾਣੀ ਦੇ ਬੰਦ ਕੱਟ ਦਿੱਤੇ ਆ। ਹਾਂਜੀ, ਜਿਵੇਂ ਗੁਰੂ ਗ੍ਰੰਥ ਬੰਦ ਹੀ ਲਾਇਆ, ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਜਿਵੇਂ ਬੰਦ ਹਿਲਾ ਦਿੱਤਾ ਹੈ, ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਗੁਰੂ ਅਰਜਨ ਦੇਵ ਜੀ ਵਾਲੀ ਤੋੜ ਦਿੱਤੀ ਹੈ, ਭਾਈ ਮਨੀ ਸਿੰਘ ਤੁਹਾਡੇ ਬੰਦ ਕੱਟੇ ਜਾਣਗੇ। ਸਿੱਖ ਸੰਗਤ ਇਮਾ ਦਿਨੋ ਸਰਾਪ, ਇਹ ਤਾਂ ਸਿੱਖ ਸੰਗਤ ਨੇ ਪੰਥ ਖਾਲਸੇ ਨੇ ਸਰਾਪ ਹੀ ਦੇ ਦਿੱਤਾ। ਸਿੰਘਾਂ ਦਾ ਗੁਰਮਤਾ ਜੋ ਬਣ ਗਿਆ ਵੀ ਇਹ ਠੀਕ ਨਹੀਂ ਹੈ, ਅਤੇ ਸਿੰਘਾਂ ਦੀ ਹੁਣ ਜਿਹੜੀ ਗੱਲ ਪੰਥ ਖਾਲਸਾ ਬੋਲ ਦੇਵੇ ਨਾ, ਸੰਗਤ ਬੋਲ ਦੇਵੇ, ਗੁਰੂ ਨੂੰ ਵੀ ਮੰਨਣੀ ਪੈਂਦੀ। ਮਹਾਰਾਜ ਸੱਚੇ ਪਾਤਸ਼ਾਹ ਆਪ 20 ਬਿਸਵੇ ਕਹਿੰਦੇ, ਸੰਗਤ ਨੂੰ 21 ਬਿਸਵੇ ਦਾ ਰੁਤਬਾ ਦਿੱਤਾ ਹੈ। ਸੋ ਸੰਗਤ ਦਾ ਇਹ ਸਰਾਪ ਭਾਈ ਮਨੀ ਸਿੰਘ ਜੀ ਨੂੰ ਲੱਗਿਆ। ਮਨੀ ਸਿੰਘ ਸੋ ਲਾਗਿਓ ਪਾਪ, ਭਾਈ ਮਨੀ ਸਿੰਘ ਜੀ ਨੂੰ ਤੁਹਾਨੂੰ ਇਹ ਪਾਪ ਲੱਗੇਗਾ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਤੋੜੀ ਹੈ। ਤਾਬੀ ਮਨੀ ਸਿੰਘ ਯੂੰ ਸੁਣ ਲਈ, ਇਹ ਸੁਣ ਕੇ ਬਚਨ ਭਾਈ ਮਨੀ ਸਿੰਘ ਜੀ ਸੋਚਾਂ 'ਚ ਪੈ ਗਏ। ਸੁਣਤ ਬਚਨ ਤੇ ਸਾ ਚਿੰਤਾ ਪਈ, ਚਿੰਤਾ ਹੋਈ ਵੀ ਮੈਂ ਕੀ ਕਰ ਬੈਠਾ, ਖਾਲਸਾ ਨਾਰਾਜ਼ ਕਰ ਲਿਆ, ਪੰਥ ਦੀਆਂ ਮੈਂ ਖੁਸ਼ੀਆਂ ਲੈਣੀਆਂ ਚਾਹੁੰਦਾ ਸੀ, ਪੰਥ ਉਲਟਾ ਮੇਰੇ ਨਾਲ ਨਾਰਾਜ਼ ਹੋ ਗਿਆ। ਸੰਗਤ ਬਚਨ ਸੋ ਖਾਲੀ ਨਾਹੀ, ਭਾਈ ਮਨੀ ਸਿੰਘ ਵਿਚਾਰ ਕਰਦੇ ਨੇ ਵੀ ਖਾਲਸੇ ਦਾ ਸੰਗਤ ਦਾ ਬਚਨ ਖਾਲੀ ਨਹੀਂ ਜਾਣਾ। ਸਤ ਬਚਨ ਇਹ ਹਮ ਸਿਰ ਆਹੀ, ਭਾਈ ਮਨੀ ਸਿੰਘ ਪੰਥ ਦੇ ਅੱਗੇ ਹੱਥ ਜੋੜ ਕੇ ਖਲੋ ਗਏ, ਕਹਿਣ ਲੱਗੇ ਜੀ ਸਤ ਬਚਨ, ਤੁਹਾਡਾ ਬਚਨ ਪੰਥ ਦਾ ਸਿਰ ਮੱਥੇ ਤੇ ਮੇਰੇ ਬੰਦ ਕੱਟੇ ਜਾਣ ਮੈਨੂੰ ਮਨਜ਼ੂਰ ਹੈ। ਜੋੜ ਹੱਥ ਸੋ ਤੁਰਤ ਖਲੋਇਓ, ਸ੍ਰੀ ਅਕਾਲ ਤਖਤ ਸਾਹਿਬ ਪੰਥ ਖਾਲਸੇ ਦੀਵਾਨ ਸਜਿਆ ਸੀਗਾ, ਨਿਮਰਤਾ ਦੇ ਪੁੰਜ ਭਾਈ ਮਨੀ ਸਿੰਘ ਖਾਲਸੇ ਅੱਗੇ ਹੱਥ ਜੋੜ ਕੇ ਖਲੋ ਗਏ। ਕਰੋ ਅਨੁਗ੍ਰਹ ਜੋ ਹਮ ਸੋ ਹੋਇਓ, ਖਾਲਸਾ ਜੀ ਜੋ ਭੁੱਲ ਹੋ ਗਈ ਮੇਰੀ ਬਖਸ਼ੋ, ਮੈਨੂੰ ਕਿਰਪਾ ਕਰਕੇ ਇਹ ਮੇਰੇ ਤੇ ਕਿਰਪਾ ਕਰੋ। ਗੁਰ ਸੰਗਤ ਸੰਗਤ ਗੁਰ ਆਹੀ, ਗੁਰੂ ਸੰਗਤ ਵਿੱਚ ਹੈ, ਸੰਗਤ ਗੁਰੂ ਦਾ ਰੂਪ ਹੈ, ਕੋਈ ਫਰਕ ਨਹੀਂ, ਮੈਨੂੰ ਤੁਸੀਂ ਗੁਰੂ ਦਾ ਰੂਪ ਨਜ਼ਰ ਆਉਂਦੇ ਹੋ। ਗੁਰ ਸੰਗਤ ਮੈਂ ਭੇਦ ਕਿਛ ਨਾਹੀ, ਗੁਰੂ ਔਰ ਗੁਰੂ ਕੀ ਸੰਗਤ ਕੋਈ ਭੇਦ ਨਹੀਂ ਹੈ। ਸੰਗਤ ਬਚਨ ਹਮੈ ਸਿਰ ਧਰਿਓ, ਆਪ ਜੀ ਦਾ ਖਾਲਸੇ ਦਾ ਬਚਨ ਮੇਰੇ ਸਿਰ ਮੱਥੇ ਤੇ ਹੈ। ਸੋ ਮੈਂ ਚਾਹਿਓ ਅਬ ਬਰ ਕਰਿਓ, ਉਹ ਬਚਨ ਮੈਂ ਸਿਰ ਮੱਥੇ ਤੇ ਪ੍ਰਵਾਨ ਕਰਦਾ ਹਾਂ, ਮੈਨੂੰ ਜੋ ਬੰਦ ਕੱਟਣ ਦੀ ਸਜ਼ਾ ਦੇਣੀ ਹੈ ਖਾਲਸੇ ਨੇ, ਉਹ ਮੈਂ ਪ੍ਰਵਾਨ ਕਰਦਾ ਹਾਂ। ਮੇਰੀ ਸਿੱਖੀ ਸਾਬਤ ਰਹੇ, ਭਾਈ ਮੇਰੀ ਅਰਦਾਸ ਕਰੋ ਵੀ ਜਦੋਂ ਮੇਰੇ ਬੰਦ ਕੱਟੇ ਜਾਣ
ਉਦੋਂ ਮੇਰੀ ਸਿੱਖੀ ਸਿਦਕ ਨਿਭ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿੱਖੀ ਸਾਬਤ ਰਹਿ ਜਾਵੇ, ਬੰਦ ਬੰਦ ਬੇਸ਼ੱਕ ਕੱਟੇ ਜਾਣ। ਬੰਦ ਬੰਦ ਕਾਟਤ ਨੈ ਦੁੱਖ ਐਹੈ, ਬੰਦ ਬੰਦ ਕੱਟੇ ਜਾਣ, ਮੈਨੂੰ ਦੁੱਖ ਨਹੀਂ ਕੁਛ ਕੁਸਦਾ, ਉਹਦੀ ਮੈਨੂੰ ਪੀੜਾ ਨਾ ਹੋਵੇ। ਉਸ ਪੀੜਾ ਨੂੰ ਵੇਖ ਕੇ ਮੈਂ ਡੋਲ ਨਾ ਜਾਵਾਂ, ਉਦੋਂ ਕਿਤੇ ਮੇਰਾ ਮਨ ਘਬਰਾ ਨਾ ਜਾਵੇ। ਮੈਂ ਖੁਸ਼ੀ ਖੁਸ਼ੀ ਬੰਦ ਬੰਦ ਕਟਾ ਲਵਾਂ ਤੇ ਮੇਰੀ ਸਿੱਖੀ ਨਿਭ ਜਾਵੇ। ਇਹ ਕਿਰਪਾ ਕਰੋ ਖਾਲਸਾ ਜੀ। ਸਿੱਖੀ ਮਹਿਕ ਚ ਭੰਗ ਨਾ ਪਵੇ, ਸਿੱਖੀ ਚ ਭੰਗ ਨਾ ਪਵੇ, ਮਰਿਆਦਾ ਮੇਰੀ ਟੁੱਟੇ ਨਾ, ਗੁਰੂ ਨਾਲੋਂ ਮੇਰੀ ਪ੍ਰੀਤ ਨਾ ਟੁੱਟੇ। ਤੇ ਸੀਸ ਤੁਰਕਾਂ ਦੇ ਸਿਰ ਪਵੇ, ਮੇਰਾ ਸੀਸ ਤੁਰਕਾਂ ਦੇ ਸਿਰ ਲੱਗ ਜਾਵੇ। ਲੱਗਣਾ ਤਾਂ ਹੈ ਹੀ ਹੈ, ਕਿਉਂਕਿ ਭਾਈ ਮਨੀ ਸਿੰਘ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਸੀ, ਉਹਨਾਂ ਦਾ ਦਾਦਾ ਸ਼ਹੀਦ, ਉਹਨਾਂ ਦੇ ਭਰਾ ਭਾਈ ਦਿਆਲਾ ਜੀ ਵਰਗੇ ਦੇਗਾਂ 'ਚ ਉੱਬਲੇ ਹੋਣ। ਭਾਈ ਮਾਨ ਸਿੰਘ ਜੀ ਨਿਹੰਗ ਸਿੰਘ ਦਸਵੇਂ ਪਾਤਸ਼ਾਹ ਦੇ ਨਾਲ ਮਾਛੀਵਾੜੇ ਦੇ ਜੰਗਲਾਂ 'ਚ ਗਏ ਨੇ, ਉਹ ਵੀ ਸੱਕੇ ਭਰਾ ਸਨ ਭਾਈ ਮਨੀ ਸਿੰਘ ਹੋਰਾਂ ਦੇ। ਇਹ ਤਾਂ ਇਹ ਸਾਰੇ ਸਿੰਘ ਜਿਹੜੇ ਸ਼ਹੀਦਾਂ ਦਾ ਪਰਿਵਾਰ, ਅੱਗੋਂ ਪੁੱਤਰ ਸ਼ਹੀਦ, ਸਾਰਾ ਪੋਤਰੇ ਵੀ ਸ਼ਹੀਦ ਹੋਏ। ਉਹ ਬੁੱਢਾ ਬਜ਼ੁਰਗ ਜਿਹਨੇ ਆਪਣੇ ਪਰਿਵਾਰ ਦੇ 60 ਜੀਅ ਸ਼ਹੀਦ ਕਰਾਏ, ਉਹਨੂੰ ਆਪ ਮੌਤ ਤੋਂ ਡਰਨ ਵਾਲਾ ਤਾਂ ਨਹੀਂ ਸੀ। ਕਹਿੰਦਾ ਖਾਲਸਾ ਜੀ, ਜਦੋਂ ਸ਼ਹੀਦੀ ਆਵੇ ਸਮਾਂ, ਮੈਂ ਖੁਸ਼ੀ ਨਾਲ ਸ਼ਹੀਦੀ ਪਾਵਾਂ, ਤੁਰਕਾਂ ਦੇ ਸਿਰ ਆਪਣੀ ਦੇਹ ਲਾ ਕੇ ਜਾਵਾਂ, ਪਰ ਮੇਰੇ 'ਤੇ ਇੰਨੀ ਕਿਰਪਾ ਰੱਖਿਆ ਜੇ ਮੈਂ ਸਿੱਖੀ ਸਿਦਕ ਤੋਂ ਨਾ ਡੋਲਾਂ। ਦੇਹ ਕੱਟਣ ਮੈਂ ਦੁੱਖ ਨਾ ਮਾਨੋ, ਮੇਰੀ ਦੇਹ ਕੱਟੀ ਜਾਵੇ, ਮੇਰੇ ਬੰਦ ਬੰਦ ਕੱਟੇ ਜਾਣ, ਮੈਂ ਦੁੱਖ ਨਾ ਮੰਨਾਂ। ਸਿੱਖੀ ਰਹਿ ਮੈਂ ਵੱਡ ਸੁੱਖ ਜਾਣੋ, ਸਿੱਖੀ ਸਿਦਕ ਰਹਿ ਜਾਵੇ, ਬਸ ਇਹੀ ਮੈਨੂੰ ਸੁੱਖ ਮਿਲੇਗਾ, ਇਹ ਅਰਦਾਸ ਕਰੋ। ਤਾਂ ਫਿਰ ਖਾਲਸੇ ਨੇ ਅਰਦਾਸ ਕੀਤੀ, ਕਹਿਣ ਲੱਗੇ ਮਹਾਰਾਜ, ਭਾਈ ਮਨੀ ਸਿੰਘ ਇਹਨਾਂ ਦਾ ਸਿਦਕ ਨਿਭਾ ਦੇਣਾ, ਪੰਥ ਦੀ ਆਸ਼ੀਰਵਾਦ ਹੋ ਗਈ। ਇੱਕ ਪਾਸੇ ਸਰਾਪ ਹੋਇਆ ਵੀ ਤੇਰੇ ਬੰਦ ਬੰਦ ਕੱਟੇ ਜਾਣ, ਦੂਜੇ ਪਾਸੇ ਪੰਥ ਦਾ ਵਾਰ ਹੋਇਆ ਵੀ ਤੇਰੀ ਸਿੱਖੀ ਨਿਭ ਜਾਏਗੀ। ਸੋ ਐਸੇ ਭਾਈ ਸਾਹਿਬ ਮਨੀ ਸਿੰਘ ਨੂੰ ਬਚਨ ਹੋਏ ਨੇ। ਹੁਣ ਬਹਾਨਾ ਸ਼ਹੀਦੀ ਦਾ ਬਣੇਗਾ ਦੀਪਮਾਲਾ ਦਾ ਮੇਲਾ, ਭਾਈ ਸਾਹਿਬ ਉਹਦੇ ਵਾਸਤੇ ਆਪਣੀ ਜਾਨ ਸ਼੍ਰੀ ਅੰਮ੍ਰਿਤਸਰ ਦੇ ਮੇਲੇ ਵਾਸਤੇ ਵਾਰ ਦੇਣਗੇ। ਗੁਰੂ ਖਾਲਸੇ ਪੰਥ ਦੀ ਸ਼ਾਨ ਬਰਕਰਾਰ ਕਰਨ ਲਈ ਉਹ ਕਥਾ ਆਪਾਂ ਸੁਣਾਂਗੇ ਅਗਲੇ ਪ੍ਰਕਰਣਾਂ ਵਿੱਚ। ਹੇ ਗੋਬਿੰਦ, ਹੇ ਗੋਪਾਲ।